ਡਾਕਟਰਾਂ ਵੈਦਾਂ ਗੁਣੀ ਬਾਬਿਆਂ ਸੌਦੀ ਇੱਕ ਸੁਣਾਈ। ਡਾਕਟਰਾਂ ਵੈਦਾਂ ਗੁਣੀ ਬਾਬਿਆਂ ਸੌਦੀ ਇੱਕ ਸੁਣਾਈ, ਸੌ ਰੋਗਾਂ ਦੀ ਇੱਕ ਦਾਰੂ ਹੈ ਹਾਸਾ ਮੇਰੇ ਭਾਈ। ਹਾਸਿਆਂ ਦੇ ਨਾਲ ਭਾਈ ਦੀ ਟੈਨਸ਼ਨ ਸੁਧਰ ਜਾਂਦੀ ਹੈ ਜੂਨ, ਟੈਨਸ਼ਨ ਹੋ ਜਾਏ 9-2-11 ਵੱਧ ਜਾਂਦਾ ਹੈ ਖੂਨ। ਕਈ ਹੱਸਦੇ ਨੇ ਲਿਟ ਲਿਟ ਕੇ, ਕਈ ਕਰ ਜਾਂਦੇ ਕੰਜੂਸੀ, ਹਾਸੇ ਬਾਜੋਂ ਸੋਹਣੀ ਬੂਥੀ ਵੀ ਲੱਗਦੀ ਮਨਹੂਸੀ, ਹਾਸੇ ਬਾਜੋਂ ਸੋਹਣੀ ਬੂਥੀ ਵੀ ਲੱਗਦੀ ਮਨਹੂਸੀ। ਚੰਗਾ ਖਾਓ ਮਿੱਠਾ ਬੋਲੋ, ਚੰਗਾ ਖਾਓ ਮਿੱਠਾ ਬੋਲੋ, ਸੁਥਰੀ ਰਹਿਣੀ ਬਹਿਣੀ, ਹੋ ਜਾਏ ਵਾਧਾ ਪੈ ਜਾਏ ਘਾਟਾ ਪਰ ਆਪਾਂ ਟੈਨਸ਼ਨ ਨਹੀਂ ਲੈਣੀ, ਹੋ ਜਾਏ ਵਾਧਾ ਪੈ ਜਾਏ ਘਾਟਾ ਪਰ ਆਪਾਂ ਟੈਨਸ਼ਨ ਨਹੀਂ ਲੈਣੀ। ਰਾਣਾ ਰਣਵੀਰ ਦੇ ਲਿਖੇ ਹੋਏ ਸ਼ੇਰ ਦੇ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ। ਬਿਲਕੁਲ ਸਹੀ ਗੱਲ ਹੈ ਜੀ ਵੀ ਟੈਨਸ਼ਨ ਜਿਹੜੀ ਆ ਉਹ ਲੈਣੀ ਨਹੀਂ ਚਾਹੀਦੀ। ਚਿੰਤਾ ਵੈਸੇ ਹੀ ਚਿਖਾ ਬਰਾਬਰ ਹੁੰਦੀ ਹੈ, ਕਈ ਬੰਦੇ ਬਿਨਾਂ ਵਜ੍ਹਾ ਹੀ ਟੈਨਸ਼ਨ ਲੈ ਲੈਂਦੇ ਨੇ, ਉਹ ਬਹੁਤ ਮਾੜੀ ਗੱਲ ਹੈ। ਪੰਜਾਬ ਦੀ ਗੱਲ ਕਰੀਏ ਤਾਂ ਕੱਲ੍ਹ ਪਰਸੋਂ ਰੈਲੀ ਕੀਤੀ, ਫਿਰ ਢੀਂਡਸਿਆਂ ਨੇ ਕੀਤੀ ਅਤੇ ਮੁੜ ਕੇ ਹੁਣ ਸੁਖਬੀਰ ਬਾਦਲ ਨੇ ਰੈਲੀ ਕੀਤੀ, ਉੱਥੇ ਤਾਂ ਬੜਾ ਪੰਜਾਬ ਦਾ ਇਕੱਠ ਕਰਕੇ ਦਿਖਾਇਆ। ਉਸ ਰੈਲੀ ਦੀ ਖਾਸੀਅਤ ਇਹ ਰਹੀ ਕਿ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਸ਼ਾਮਿਲ ਹੋਏ ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਭਾਸ਼ਣ ਦਿੱਤਾ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ 26 ਮਿੰਟ ਦੇ ਭਾਸ਼ਣ ਦੇ ਵਿੱਚ 5 ਮਿੰਟ ਸਿਰਫ ਢੀਂਡਸਿਆਂ ਨੂੰ ਕੋਸਿਆ, ਉੱਥੇ ਸੁਖਬੀਰ ਬਾਦਲ ਨੇ ਆਪਦੇ 35 ਮਿੰਟ ਦੇ ਭਾਸ਼ਣ ਦੇ ਵਿੱਚ 26 ਮਿੰਟ ਢੀਂਡਸਿਆਂ ਨੂੰ ਕੋਸਿਆ। ਸੋ ਅੱਗੇ ਕੀ ਹੁੰਦਾ, ਆਉਣ ਵਾਲੇ ਸਮੇਂ 'ਚ ਕੀ ਕਰਵਟ ਲੈਂਦੀ ਹੈ ਰਾਜਨੀਤੀ, ਇਹ ਬਾਅਦ ਦੀ ਗੱਲ ਹੈ। ਅਤੇ ਦੂਜੀ ਜਿਹੜੀ ਇੱਕ ਮਾੜੀ ਖਬਰ ਚਾਈਨਾ ਵਾਲਿਆਂ ਵਾਸਤੇ ਜਿਹੜੀ ਹੈਗੀ ਉਹ ਚੱਲ ਹੀ ਰਹੀ ਹੈ। ਚਾਈਨਾ ਦੁਨੀਆ ਦਾ ਨੰਬਰ 1 ਤਕਰੀਬਨ ਕੰਟਰੀ ਬਣਦਾ ਜਾ ਰਿਹਾ ਸੀਗਾ, ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਦੁਨੀਆ ਦੇ ਅਤੇ ਚਾਈਨਾ ਦਾ ਮਾਲ ਤਾਂ ਤੁਹਾਨੂੰ ਮਿਲਦਾ ਹੀ ਮਿਲਦਾ ਸੀਗਾ, ਚਾਹੇ ਅਮੈਰੀਕਾ ਹੋਵੇ ਚਾਹੇ ਕਿਤੇ ਵੀ ਹੋਵੇ। ਪਰ ਹੁਣ ਚਾਈਨਾ ਵਾਸਤੇ ਮਾੜੀ ਖਬਰ ਇਹ ਹੈ ਕਿ ਪਹਿਲਾਂ ਤਾਂ ਚਲੋ ਉੱਥੇ ਹੀ ਬੰਦ ਹੋਇਆ ਸੀਗਾ, ਏਅਰਲਾਈਨਾਂ ਬੰਦ ਹੋਈਆਂ ਸੀਗੀਆਂ, ਫਲਾਈਟਾਂ ਬੰਦ ਹੋਈਆਂ ਸੀਗੀਆਂ। ਹੁਣ ਜਿਹੜੇ ਹੋਰ ਮੁਲਕਾਂ ਦੇ ਵਿੱਚ ਚਾਈਨਾ ਦੇ ਰੈਸਟੋਰੈਂਟ ਹੈਗੇ ਨੇ, ਈਵਨ ਇੱਥੋਂ ਅਮੈਰੀਕਾ ਦੇ ਵਿੱਚ ਵੀ ਚਾਈਨਾ ਦੇ ਰੈਸਟੋਰੈਂਟ ਹੈਗੇ ਨੇ, ਉੱਥੇ ਵੀ ਸੁੰਨ ਮਸਾਨ ਪਸਰੀ ਪਈ ਹੈ ਵੀ ਕਿਤੇ ਜੇ ਇੱਥੇ ਖਾਣਾ ਖਾਣ ਚੱਲ ਗਏ ਚਾਈ ਚਾਈ ਅਤੇ ਬਾਅਦ ਦੇ ਵਿੱਚ ਕਿਤੇ ਉਹੋ ਹੀ ਗੱਲ ਨਾ ਹੋਵੇ ਵੀ ਕਰੋਨਾ ਵਾਇਰਸ ਜਿਹੜਾ ਕਰੋਨਾ ਦੀ ਬੀਅਰ ਦੇ ਵਿੱਚ ਵੜ ਕੇ ਤਾਂ ਤੁਹਾਡੇ ਅੰਦਰ ਵੜ ਜੇ। ਸੋ ਬਹੁਤ ਧਿਆਨ ਰੱਖਣ ਦੀ ਲੋੜ ਹੈ, ਚਾਈਨਾ ਵਾਸਤੇ ਫਿਲਹਾਲ ਇਹ ਮਾੜੀ ਖਬਰ ਹੈਗੀ ਆ। ਖਬਰਾਂ ਦੀ ਅੱਜ ਗੱਲਬਾਤ ਕਰੀ ਦੀ ਹੈ, ਖਬਰਾਂ ਦੇ ਵਿੱਚ ਉੱਡਦੀਆਂ ਖਬਰਾਂ ਹੁੰਦੀਆਂ, ਰੰਗ ਬਿਰੰਗੀਆਂ ਖਬਰਾਂ ਹੁੰਦੀਆਂ, ਉਹ ਖਬਰਾਂ ਹੁੰਦੀਆਂ ਜਿਨ੍ਹਾਂ 'ਤੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਪਰ ਖਬਰਾਂ ਇਹ ਹੁੰਦੀਆਂ ਬਿਲਕੁਲ ਸੱਚੀਆਂ। ਸੱਚੀਆਂ ਤੋਂ ਕਾ ਭਾਵ ਹੈ ਕਿ ਜੋ ਵਾਕਿਆ ਹੀ ਦੁਨੀਆ ਦੇ ਵਿੱਚ ਵਾਪਰਿਆ ਹੁੰਦਾ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੀ ਦੀ ਹੈ। ਅੱਜ ਦੀਆਂ ਖਬਰਾਂ ਵੀ ਸਾਂਝੀਆਂ ਕਰਦੇ ਹਾਂ ਜੀ। ਮੱਧ ਪ੍ਰਦੇਸ਼ ਦਾ ਪਿੰਡ ਇਲਾਕਾ ਪੈਂਦਾ ਕੋਈ, ਉੱਥੇ ਦਾ ਇੱਕ ਕੇਸ ਸਾਹਮਣੇ ਆਇਆ, ਅਜੀਬੋ ਗਰੀਬ ਤਾਂ ਨਹੀਂ ਕਹਿ ਸਕਦੇ ਪਰ ਹੈਰਾਨੀ ਵਾਲਾ ਜ਼ਰੂਰ ਹੈ। ਕੇਸ ਇਹ ਸਾਹਮਣੇ ਆਇਆ ਜੀ ਕਿ ਮੁੰਡੇ ਅਤੇ ਕੁੜੀ ਦਾ ਕੋਈ ਵਿਆਹ ਹੋ ਰਿਹਾ ਸੀ ਕਿਤੇ, ਚਲੋ ਇੰਡੀਆ ਦਾ ਸ਼ੁਕਰ ਹੈ ਵੀ ਉੱਥੇ ਅਜੇ ਮੁੰਡੇ ਕੁੜੀ ਦੇ ਹੁੰਦੇ ਨੇ, ਚੰਗੀ ਗੱਲ ਹੈ। ਵਿਆਹ ਹੋ ਰਿਹਾ ਸੀ ਤਾਂ ਮੁੰਡੇ ਵਾਲੇ ਨੂੰ ਸ਼ੱਕ ਪਿਆ ਵੀ ਇਹ ਕੁੜੀ ਉਹ ਨਹੀਂ ਹੈ ਜਿਹੜੀ ਇਹਨਾਂ ਨੇ ਦਿਖਾਈ ਸੀ, ਤਾਂ ਹੋਰ ਹੈ ਕੋਈ। ਉਹਨਾਂ ਨੇ ਥਾਣੇ ਦੇ ਵਿੱਚ ਕੇਸ ਦਰਜ ਕਰਾ ਦਿੱਤਾ। ਕੁੜੀ ਵਾਲੇ ਕਹਿੰਦੇ ਜੀ ਕੁੜੀ ਉਹੀ ਆ, ਜੇ ਕੁੜੀ ਨੇ ਮੇਕਅਪ ਹੋਰ ਤਰ੍ਹਾਂ ਦਾ ਕੀਤਾ ਤਾਂ ਉਹ ਇੱਦਾਂ ਦੀ ਲੱਗਦੀ ਹੈ, ਪਰ ਹੈਰਾਨੀ ਵਾਲੀ ਗੱਲ ਇਹ ਹੈ, ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਗੜਬੜੀ ਹੋਊਗੀ। ਅਤੇ ਪਹਿਲਾਂ ਜਦੋਂ ਕੁੜੀ ਦੇਖੀ ਹੋਊ ਮੁੰਡੇ ਨੂੰ ਉਦੋਂ ਬਿਨਾਂ ਮੇਕਅਪ ਤੋਂ ਦੇਖੀ ਹੋਊ, ਅਤੇ ਜਦੋਂ ਮੇਕਅਪ ਕੀਤਾ ਹੋਊ ਤਾਂ ਚੰਗੀ ਲੱਗਣੀ ਚਾਹੀਦੀ, ਮਾੜੀ ਥੋੜ੍ਹੀ ਲੱਗਣੀ ਚਾਹੀਦੀ ਉਦੋਂ। ਮਤਲਬ ਆਮ ਜ਼ਿੰਦਗੀ ਨਾਲੋਂ ਮੇਕਅਪ ਕਰਕੇ ਕੁੜੀ ਜਾਂ ਔਰਤ ਕੋਈ ਖੂਬਸੂਰਤ ਹੀ ਲੱਗਦੀ ਹੈ, ਕਿਉਂਕਿ ਟੋਏ ਟਿੱਬੇ ਜਿਹੜੇ ਹੁੰਦੇ ਉਹ ਭਰ ਦਿੰਦੇ ਮੇਕਅਪ ਵਾਲੇ ਸਾਰੇ, ਐਨ ਕਿਤੇ ਵਿੰਗਾ ਟੇਢੀ ਹੁੰਦੀ, ਆਈਬ੍ਰੋ ਵੀ ਉਹ ਵੀ ਐਨ ਸਿੱਧਾ ਕਰਕੇ ਬਣਾ ਦਿੰਦੇ ਨੇ। ਇਸ ਕਰਕੇ ਲੱਗਦੀ ਗੜਬੜ ਇਹੀ ਹੈ ਵੀ ਕੁੜੀ ਵਾਲੇ ਨੇ ਕੋਈ ਗੜਬੜ ਕੀਤੀ ਹੈ, ਪਰ ਇਹਦਾ ਅੱਗੇ ਫੈਸਲਾ ਕੀ ਉਹਦਾ ਇਹ ਬਾਅਦ ਦੇ ਵਿੱਚ ਪਤਾ ਲੱਗੂ। ਪਰ ਮੇਕਅਪ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਪਹਿਲੀ ਵਾਰ ਦੇਖਿਆ ਜੀ ਮੇਕਅਪ ਕੀਤੇ ਹੋਏ ਨੇ, ਕੋਈ ਸਿਆਪਾ ਖੜਾ ਕੀਤਾ ਨਹੀਂ ਤਾਂ ਮੇਕਅਪ ਕੀਤਾ ਹੋਵੇ ਤਾਂ ਵੱਡੇ ਤੋਂ ਵੱਡੇ ਧੋਖਾ ਖਾ ਜਾਂਦੇ ਨੇ। ਮੇਕਅਪ ਇੱਕ ਐਸੀ ਚੀਜ਼ ਹੈਗੀ ਆ, ਭਾਰਤ ਦੀ ਗੱਲ ਕਰੀਏ ਖਾਸ ਤੌਰ 'ਤੇ, ਇੱਧਰਲੇ ਮੁਲਕਾਂ ਦੇ ਵਿੱਚ ਤਾਂ ਨਹੀਂ ਇੰਨਾ, ਬਹੁਤ ਸਾਰੇ ਘਰਾਂ ਦੇ ਵਿੱਚ ਲੇਡੀਜ਼ ਜਿਹੜੀਆਂ ਨੇ ਐਵਰੇਜ ਟਾਈਮ 1.5 ਘੰਟਾ ਮੇਕਅਪ ਨੂੰ ਲਾਉਂਦੀਆਂ ਨੇ, ਇਹ ਅੰਕੜੇ ਦੱਸਦੇ ਨੇ। ਪਰ ਮੇਕਅਪ ਦੀ ਗੱਲ ਕਰੀਏ ਤਾਂ ਮੇਕਅਪ ਇੱਕ ਐਸੀ ਚੀਜ਼ ਹੈਗੀ ਆ, ਬਹੁਤ ਵਧੀਆ ਬਣਾਉਂਦਾ ਅਸੀਂ ਗੱਲ ਕਰੀਏ, ਕਈ ਵਾਰੀ ਬੰਦਾ ਹੁਣ ਇਹ ਤਾਂ ਜੋਕ ਬਣੇ ਹੋਏ ਨੇ ਵੀ ਘਰ ਵਾਲੀ ਨੂੰ ਦੇਖ ਲਿਆ ਬਿਨਾਂ ਮੇਕਅਪ ਤੋਂ, ਕਹਿੰਦਾ ਭੈਣ ਜੀ ਤੁਹਾਨੂੰ ਮੈਂ ਕਿਤੇ ਦੇਖਿਆ ਲੱਗਦਾ, ਤਾਂ ਇਹ ਤਾਂ ਚਲੋ ਜੋਕ ਬਣੇ ਨੇ। ਅਦਰਵਾਈਜ਼ ਵੀ ਤੁਸੀਂ ਜਦੋਂ ਮੈਨੂੰ ਵੀ ਕਿਤੇ ਬਾਹਰ ਟੀ ਵੀ ਤੋਂ ਦੇਖਦੇ ਹੋ ਤਾਂ ਮੁੜ ਕੇ ਉਹ ਕਹਿੰਦੇ ਵੀ ਅੱਛਾ ਇਹ ਤਾਂ ਯਾਰ
ਕੰਮ ਠੀਕ ਠਾਕ ਹੀ ਹੈ, ਟੀ ਵੀ 'ਤੇ ਤਾਂ ਵਧੀਆ ਲੱਗਦਾ। ਔਰ ਫਿਲਮੀ ਹੀਰੋ ਜੇ ਅਸੀਂ ਗੱਲ ਕਰੀਏ, ਵੱਡੇ ਪੱਧਰ ਦੀ ਗੱਲ ਕਰੀਏ, ਜਿਹੜੇ ਕਿ ਮੇਕਅਪ ਤੋਂ ਬਿਨਾਂ ਭੋਰਾ ਬਾਹਰ ਨਹੀਂ ਨਿਕਲਦੇ। ਮੇਕਅਪ ਉਹਨਾਂ ਦਾ ਫੁੱਲ ਬੋਡੀ ਮੇਕਅਪ ਹੁੰਦਾ, ਇਕੱਲਾ ਮੂੰਹ ਦਾ ਨਹੀਂ ਹੁੰਦਾ। ਮੈਂ ਤਾਂ ਚਲੋ ਮੈਂ ਤਾਂ ਮੇਕਅਪ ਕਰਦਾ ਹੀ ਨਹੀਂ, ਇੱਕ ਪਫ ਜਿਹਾ ਰੱਖਿਆ ਉਹ ਲਾਮੜਾ ਲਾ ਕੇ ਆ ਜਾਈਦਾ ਵੀ ਕਿਤੇ ਜਿਹੜੇ ਹੈਗਾ ਅੱਖਾਂ ਉੱਖਾਂ ਮਾੜੀਆਂ ਮੋਟੀ ਠੀਕ ਹੋ ਜਾਣ। ਪਰ ਉਹ ਜਦੋਂ ਅਸੀਂ ਬਿਨਾਂ ਮੇਕਅਪ ਤੋਂ ਤੁਸੀਂ ਕਿਤੇ ਦੇਖ ਲਓ ਕਿਸੇ ਫਿਲਮੀ ਐਕਟਰਸ ਨੂੰ, ਤੁਸੀਂ ਜਮਾਂ ਹੀ ਨਹੀਂ ਪਛਾਣ ਸਕਦੇ। ਸੋ ਭਾਈ, ਮੇਕਅਪ ਚੰਗਾ ਵੀ ਹੈ, ਮੇਕਅਪ ਮਾੜਾ ਵੀ ਹੈ, ਧਿਆਨ ਨਾ ਕਰੋ। ਲਓ ਜੀ, ਅਸੀਂ ਫੋਨਾਂ ਦੇ ਉੱਪਰ ਅਕਸਰ ਮੈਂ ਦੇਖਿਆ, ਮੇਰੇ ਫੋਨ 'ਤੇ ਵੀ ਹੈਗਾ, ਜਦੋਂ ਕਿਸੇ ਨੂੰ ਫੋਨ ਕਰਨਾ ਹੋਵੇ ਤਾਂ ਉਹਨੂੰ ਕਹਿ ਦਿੰਦਾ ਵੀ ਹੇ ਸੀਰੀ ਕਾਲ ਫਲਾਨੇ ਨੂੰ ਕਰ, ਕਾਲ ਕਰ ਲਾ ਫਲਾਨੇ ਨੂੰ, ਕਰ ਦੇ ਮੈਸੇਜ ਕਰ ਦੇ, ਤੂੰ ਅੱਗੇ ਬੋਲ ਕੇ ਗੱਲ ਕਰਦੀ ਹੈ ਜਾਂ ਕਰਦਾ ਵਾ, ਉਹ ਆਪ ਸੈੱਟ ਕਰਨਾ ਪੈਂਦਾ ਫੀਮੇਲ ਨਾਲ ਗੱਲ ਕਰਨੀ ਕਿ ਮੇਲ ਨਾਲ, ਉਹ ਉੱਥੋਂ ਤੱਕ ਸੀਮਤ ਹੈਗੀ ਗੱਲਬਾਤ, ਜਿੰਨੀ ਕੁ ਉਹਨੂੰ ਫੋਨ ਮਿਲਾ ਲਿਆ, ਇਹ ਕਰ ਲਿਆ, ਉਹ ਕਰ ਲਿਆ। ਪਰ ਹੁਣ ਗੂਗਲ ਨੇ ਇੱਕ ਐਸੀ ਐਪ ਕੱਢੀ ਆ ਜਿਹੜੀ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਵੱਡੇ ਸਿਆਪੇ ਖੜ੍ਹੇ ਕਰ ਸਕਦੀ ਆ। ਉਸ ਐਪ ਦਾ ਨਾਂ ਹੀ ਪਹਿਲੀ ਗੱਲ ਤਾਂ ਇਹ ਰੱਖਿਆ, ਮੀਨਾ। ਮੀਨਾ ਆਪਣੇ ਕੋਮਨ ਨਾਮ ਆ, ਆਮ ਭਾਰਤ ਦੀ ਗੱਲ ਕਰੀਏ ਚਾਹੇ ਇੰਡੀਆ ਦੀ ਗੱਲ ਕਰੀਏ ਚਾਹੇ ਪੰਜਾਬ ਦੀ ਗੱਲ ਕਰੀਏ, ਮੀਨਾ ਕੋਮਨ ਨਾਮ ਆ। ਉਸ ਐਪ ਦਾ ਨਾਮ ਹੈ ਮੀਨਾ, ਅਤੇ ਉਹ ਬਕਾਇਦਾ ਤੁਹਾਡੇ ਨਾਲ ਗੱਲ ਕਰੂਗੀ ਜੀ। ਪਹਿਲਾਂ ਉਹਨੂੰ ਹਾਲ ਚਾਲ ਵੀ ਪੁੱਛ ਸਕਦੇ, ਚਾਹ ਪਾਣੀ ਪੁੱਛਣਾ ਉਹ ਵੀ ਪੁੱਛ ਸਕਦੇ ਆ। ਉਹ ਕਹਿੰਦੇ ਜੀ ਵੀ 40 ਅਰਬ ਸ਼ਬਦ ਜਿਹੜੇ ਹੈਗੇ ਨੇ ਇਸ ਮੀਨਾ ਨਾਮ ਦੀ ਐਪ ਨੂੰ ਰਿਟਾਏ ਗਏ ਨੇ ਇੰਗਲਿਸ਼ ਦੇ, ਉਹਨਾਂ ਸ਼ਬਦਾਂ ਦੇ ਵਿੱਚੋਂ ਤੁਸੀਂ ਜਿਹੜੀ ਜਿਹੜੀ ਗੱਲ ਕਰੋਗੇ ਤਾਂ ਉਹ ਚੈਟ ਬੈਟ ਇਹਦਾ ਨਾਮ ਦਿੱਤਾ ਆ। ਸੋ ਹੁਣ ਭਾਰਤ ਦੇ ਵਿੱਚ ਇਹ ਐਪ ਚੱਲ ਗਈ ਜਾਂ ਖਾਸ ਤੌਰ 'ਤੇ ਪੰਜਾਬੀਆਂ ਕੋਲ ਚੱਲ ਗਈ ਤਾਂ ਐਪ ਨੇ ਹੱਥ ਖੜ੍ਹੇ ਕਰਦੇ ਨੇ ਵੀ ਭਾਈ ਨਹੀਂ, ਮੈਂ ਬਾਹਰਲੇ ਮੁਲਕਾਂ ਦੇ ਵਿੱਚ ਠੀਕ ਹੈ। ਅਤੇ ਇੱਥੇ ਵੀ ਇੱਕ ਮੈਂ ਦੇਖਿਆ ਸੀਰੀ ਵੀ ਜਿਹੜਾ ਆਹ ਫੋਨ 'ਤੇ ਆਉਂਦੀ ਹੈ, ਇੱਕ ਪਤਾ ਹੋਊ ਸਾਡੇ ਦਰਸ਼ਕਾਂ ਨੂੰ, ਉਹ ਵੀ ਜਵਾਬ ਤਾਂ ਅੱਗੇ ਉਹ ਦਿੰਦੀ ਹੈਗੀ ਆ। ਅਤੇ ਇੱਕ ਮੈਂ ਬੈਠਾ ਸੀ ਕਿਤੇ ਅਤੇ ਉਹ ਸੀਰੀ, ਉਹ ਕਹਿੰਦੇ ਸੀਰੀ ਵਾਟ ਆਰ ਯੂ ਡੂਇੰਗ, ਉਹ ਕਹਿੰਦੇ ਵੀ ਆਈ ਐਮ ਈਟਿੰਗ ਚੋਕਲੇਟ ਖਾ ਰਹੀ ਹਾਂ। ਉਹ ਬੰਦਾ ਕਹਿੰਦਾ ਵੀ ਮੈਨੂੰ ਵੀ ਦੇ ਦੇ ਚੋਕਲੇਟ, ਉਹ ਕਹਿੰਦੇ ਨਹੀਂ ਯੂ ਬਾਏ ਯੂਅਰ ਸੈਲਫ, ਆਪਣੀ ਖਰੀਦ ਕੇ ਖਾ। ਸੋ ਜੇ ਇਹ ਇੱਥੇ ਤੱਕ ਇੰਨਾ ਕੁਛ ਹੈਗਾ, ਅਸੀਂ ਪੰਗੇ ਲੈ ਸਕਦੇ ਹਾਂ, ਖੱਪ ਕਰ ਸਕਦੇ ਹਾਂ, ਅਤੇ ਜਿਹੜੀ ਹੁਣ 40 ਅਰਬ ਸ਼ਬਦਾਂ ਵਾਲੀ ਮੀਨਾ ਹੈਗੀ ਆ, ਉਹਦੇ ਨਾਲ ਤਾਂ ਪਤਾ ਨਹੀਂ ਕੀ ਪੰਗੇ ਲਈਏ ਫਿਰ। ਇਹ ਤਾਂ ਇਹੀ ਹੋਊਗਾ ਵੀ ਮੀਨਾ ਕਹਿ ਦੂ ਵੀ ਭਾਈ ਠੀਕ ਹੈ, ਮੇਰੇ ਵੱਸ ਦਾ ਕੰਮ ਨਹੀਂ, ਇਹ ਐਪ ਕਿਸੇ ਹੋਰ ਡੀਨਾ ਮੀਨਾ ਡੀਕਾ ਟੀਨਾ ਨੂੰ ਦੇ ਦਿਓ, ਮੇਰੇ ਵੱਸ ਦਾ ਕੰਮ ਨਹੀਂ ਹੈਗਾ। ਚਲੋ ਖੈਰ, ਨੀਦਰਲੈਂਡ ਦੀ ਖਬਰ ਹੈਗੀ ਤਾਂ ਦੁਖਦਾਈ ਖਬਰ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਖਬਰ ਮੈਂ ਕਿਸ ਤਰੀਕੇ ਨਾਲ ਪੜ੍ਹਾਂ। ਆਮ ਤੌਰ 'ਤੇ ਅਸੀਂ ਹੁਣੇ ਗੱਲ ਕੀਤੀ ਸੀ ਪਿੱਛੇ ਜਿਹੇ ਇੱਛਾ ਸ਼ਕਤੀ ਦੀ ਗੱਲ ਕੀਤੀ ਸੀ ਵੀ ਇੱਛਾ ਸ਼ਕਤੀ ਹੋਵੇ ਤਾਂ ਮਰਿਆ ਪਿਆ ਬੰਦਾ ਵੀ ਜੀਂਦਾ ਹੋ ਜਾਂਦਾ, ਵੱਡੀ ਤੋਂ ਵੱਡੀ ਬਿਮਾਰੀ ਨਾਲ ਲੜ ਜਾਂਦਾ ਇੱਛਾ ਸ਼ਕਤੀ ਹੋਵੇ ਤਾਂ। ਜਦੋਂ ਤੁਸੀਂ ਪਹਿਲਾਂ ਹੀ ਇੱਛਾ ਸ਼ਕਤੀ ਖਤਮ ਕਰ ਦਿਓ ਤਾਂ ਦੁਬਾਰਾ ਰਹਿ ਕੁਛ ਨਹੀਂ ਜਾਂਦਾ। ਨੀਦਰਲੈਂਡ ਦੀ ਖਬਰ ਜਿਹੜੀ ਹੈਗੀ ਹੈ ਮੈਂ ਪੜ੍ਹਨ ਲੱਗਾ, ਉੱਥੇ 10,156 ਲੋਕ ਇਹੋ ਜਿਹੇ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਵੀ, ਨੀਦਰਲੈਂਡ ਦੇ ਵਿੱਚ ਐਸਾ ਕਾਨੂੰਨ ਬਣਾਓ ਕਿ ਸਾਨੂੰ 55 ਸਾਲ ਤੋਂ ਬਾਅਦ ਇੱਛਾ ਮੌਤ ਜਿਹੜੀ ਹੁੰਦੀ ਹੈ, ਵੀ ਅਸੀਂ ਆਪਣੀ ਮਰਜ਼ੀ ਨਾਲ ਮਰਨਾ ਚਾਹੁੰਦੇ, ਸਾਨੂੰ 55 ਸਾਲ ਤੋਂ ਬਾਅਦ ਮਾਰ ਦਿਓ, ਮਰਨਾ ਚਾਹੁੰਦੇ ਅਸੀਂ। ਔਰ ਕਾਰਨ ਜਦੋਂ ਦੇਖਿਆ ਤਾਂ ਕਾਰਨ ਬੜਾ ਅਜੀਬ ਜਿਹਾ ਸਾਹਮਣੇ ਆਇਆ। ਆਮ ਤੌਰ 'ਤੇ ਬੰਦਾ ਕਹਿੰਦਾ ਮੈਂ 100 ਸਾਲ ਜੀਵਾਂ, ਕੋਈ ਆਸ਼ੀਰਵਾਦ ਦਿੰਦਾ ਬਜ਼ੁਰਗ ਤਾਂ ਉਹ ਵੀ ਇਹ ਬਜ਼ੁਰਗ ਦਿੰਦੇ ਨੇ ਆਸ਼ੀਰਵਾਦ ਬਈ ਬੁੱਢ ਸੁਹਾਗਣ ਹੋ ਜਾਂ ਲੰਬੀ ਉਮਰ ਹੋਵੇ, ਅਤੇ ਪਰ ਉਹ ਜਿਹੜੇ ਲੋਕ ਨੇ ਉਹ ਕਹਿੰਦੇ ਸਾਡੀ ਲੰਬੀ ਉਮਰ ਹੋਣੀ ਨਹੀਂ ਚਾਹੀਦੀ। ਕਾਰਨ ਕੀ ਹੈਗਾ? ਇੱਛਾ ਸ਼ਕਤੀ ਨੰਬਰ 1, ਨੰਬਰ 2 ਅਤੇ ਉੱਥੇ ਇਹ ਵੀ ਕਿੱਸੇ ਸਾਹਮਣੇ ਆਏ ਨੇ ਕਿ 55 ਕੁ ਸਾਲ ਦੀ ਉਮਰ ਦੇ ਵਿੱਚ ਬਿਮਾਰੀਆਂ ਬੁਰੀਆਂ ਲੱਗ ਜਾਂਦੀਆਂ। ਉਹ ਕਹਿੰਦੇ ਵੀ ਕਿਹੜਾ ਮੱਥਾ ਮਾਰਦਾ ਫਿਰ ਡਾਕਟਰਾਂ ਨਾਲ, 55 ਸਾਲ ਬਹੁਤ ਆ, ਹੁਣ ਜੀ ਲੈ ਐਸ਼ ਕਰ ਲਿਆ, ਕਿਹੜਾ ਹੁਣ ਗੋਡਿਆਂ ਨੂੰ ਫੜ ਕੇ ਤੁਰਦਾ ਫਿਰ ਗੋਡੇ ਬਦਲਾਉਂਦਾ ਫਿਰੂਗਾ, ਵੀ ਇਸ ਕਰਕੇ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਲੱਗ ਜਾਂਦੀਆਂ 55 ਸਾਲ ਤੋਂ ਬਾਅਦ, ਅਤੇ ਉਹ ਇਸ ਕਰਕੇ ਉਹਨਾਂ ਨੂੰ ਇੱਛਾ ਮੌਤ ਦਿੱਤੀ ਜਾਵੇ। ਪਰ ਇਹ ਕੋਈ ਬਾਹਲੀ ਚੰਗੀ ਗੱਲ ਨਹੀਂ ਹੈਗੀ। ਜੋ ਪਰਮਾਤਮਾ ਨੇ ਜ਼ਿੰਦਗੀ ਸਾਨੂੰ ਬਖਸ਼ੀ ਹੈ ਉਹ ਸਾਨੂੰ ਮਾਣਨਾ ਚਾਹੀਦਾ, ਬਾਕੀ ਤਾਂ ਉਹਦੇ ਹੱਥ ਵਾਸਤੇ। ਕਹਿੰਦੇ ਵੀ ਕਦੋਂ ਉਹਨੇ ਪਟਾਕਾ ਬੋਲ ਦੇਣਾ ਅਤੇ ਕਦੋਂ ਕੀ ਹੋਣਾ, ਉਹਦੇ ਹੱਥ ਵਾਸਤੇ ਹੈਗੀ ਆ। ਪਰ ਇਹ ਇਹਨਾਂ ਦੀ ਕਾਨੂੰਨ ਪਾਸ ਕਰਨ ਦੀ ਮੰਗ ਹੈਗੀ ਆ। ਅਤੇ ਇੱਕ ਕਿ ਮੰਤਰੀ ਜਿਹੜੀ ਹੈਗੀ ਇਸ ਮਹਿਕਮੇ ਨਾਲ ਸੰਬੰਧਿਤ ਲੇਡੀ ਆ ਕੋਈ, ਤਾਂ ਉਹ ਕਹਿੰਦੀ ਵੀ ਮੈਂ 65 ਬੰਦਿਆਂ ਨੂੰ ਤਾਂ ਮੈਂ ਆਗਿਆ ਦੇ ਦੂੰਗੀ, ਜ਼ਿਆਦਿਆਂ ਨੂੰ ਨਹੀਂ ਦੇ ਸਕਦੀ, 65 ਬੰਦਿਆਂ ਨੂੰ ਟੋਟਲ। ਲੈ ਦੱਸੋ ਕੈਸੀ ਗੱਲ। ਚਲੋ ਜੀ, ਵਧੀਆ ਖਬਰ ਅੱਜ ਚੱਲਦੇ, ਥੋੜ੍ਹੀ ਐਂਟਰਟੇਨਿੰਗ ਖਬਰ ਜਿਹੜੀ ਚੱਲਦੇ ਹਾਂ। ਪਾਕਿਸਤਾਨ ਦੀ ਖਬਰ ਆ, ਸਾਡੇ ਗੁਆਂਢੀ ਮੁਲਕ ਦੀ, ਕਿਸੇ ਨੇ ਭੇਜੀ ਆ ਵੀਡੀਓ ਸਾਨੂੰ ਇਹਦੀ।
ਵਿਆਹ ਦੇ ਵਿੱਚ ਗਹਿਣੇ ਹਰ ਔਰਤ ਦਾ ਸ਼ਿੰਗਾਰ ਹੁੰਦੇ ਨੇ, ਚਾਹੇ ਕੋਈ ਗਰੀਬ ਹੋਵੇ, ਚਾਹੇ ਅਮੀਰ ਹੋਵੇ, ਚਾਹੇ ਕੋਈ ਮੀਡੀਓਕਰ ਹੋਵੇ, ਗਹਿਣਿਆਂ ਦਾ ਇੱਕ ਖਾਸ ਯੋਗਦਾਨ ਹੈਗਾ ਵਿਆਹ ਵਾਲੀ ਕੁੜੀ ਦੇ ਹਿੱਸੇ ਵਿੱਚ। ਔਰ ਕੋਸ਼ਿਸ਼ ਇਹੀ ਹੁੰਦੀ ਹੈ, ਚਾਹੇ ਅਸੀਂ ਕਿਸੇ ਰਿਸ਼ਤੇਦਾਰ ਦੇ ਮੰਗ ਕੇ ਉਦੋਂ ਪਾਉਣੇ ਗਹਿਣੇ, ਚਾਹੇ ਅਸੀਂ ਕਿਰਾਏ 'ਤੇ ਲੈ ਕੇ ਆਰਟੀਫਿਸ਼ਲ ਪਾਉਂਦੇ ਹਾਂ, ਤਾਂ ਚਾਹੇ ਘਰੋਂ ਪਾਉਣੇ ਗਹਿਣੇ, ਕੋਸ਼ਿਸ਼ ਇਹੀ ਹੁੰਦੀ ਵੀ ਕੁੜੀ ਗਹਿਣਿਆਂ ਦੇ ਨਾਲ ਲੱਦੀ ਜਿਹੜੀ ਹੈ ਵਿਆਹ ਵਾਲੀ ਕੁੜੀ ਤਾਂ ਬੜੀ ਸੋਹਣੀ ਲੱਗੇ, ਕੋਈ ਸੋਨਾ ਪਾਇਆ ਹੋਇਆ, ਹੀਰੇ ਜਵਾਹਰਾਤ। ਹੁਣ ਅੱਜ ਕੱਲ੍ਹ ਤਾਂ ਚਲੋ ਬਾਹਲੇ ਉੱਪਰਲੇ ਲੈਵਲ ਦੀ ਗੱਲ ਕਰੀਏ ਤਾਂ ਉਹ ਤਾਂ ਹਿਸਾਬਤਾ ਵੀ ਕੋਈ ਨਹੀਂ, ਉਹ ਤਾਂ 20-30 ਕਰੋੜ ਦਾ ਸੋਨਾ ਹੀ ਪਾ ਦਿੰਦੇ ਨੇ, ਡਾਇਮੰਡ ਪਾ ਦਿੰਦੇ ਨੇ। ਪਰ ਇੱਕ ਪਾਕਿਸਤਾਨ ਦੇ ਵਿੱਚ ਵੱਖਰਾ ਨਜ਼ਾਰਾ ਸਾਹਮਣੇ ਆਇਆ, ਵੱਖਰੀ ਤਰ੍ਹਾਂ ਦਾ ਕੇਸ ਸਾਹਮਣੇ ਆਇਆ। ਕੁੜੀ ਦਾ ਵਿਆਹ ਸੀਗਾ, ਉਹਨੇ ਜਿਊਲਰੀ ਪਾਈ, ਕਿਹੜੀ ਪਾਈ, ਟਮਾਟਰਾਂ ਦੀ। ਇੱਕ ਤਾਂ ਇਹ ਵੀ ਕਿਹਾ ਜਾਂਦਾ, ਲੌਜਿਕ ਇਹ ਹੈ ਕਿ ਟਮਾਟਰ ਪਾਕਿਸਤਾਨ ਦੇ ਵਿੱਚ 300 ਰੁਪਏ ਤੋਂ ਉੱਪਰ ਕਿਲੋ ਹੋ ਗਏ ਨੇ, ਮਿਲਦੇ ਨਹੀਂ ਹੈਗੇ। ਦੂਜਾ ਲੌਜਿਕ ਕੀ ਹੈ, ਇੱਕ ਛੋਟੀ ਜਿਹੀ ਵੀਡੀਓ ਹੈਗੀ ਹੈ, ਤੁਸੀਂ ਆਪ ਹੀ ਦੇਖ ਲਓ ਜਿੰਮੀ ਸਾਹਿਬ, ਮੇਰੇ ਖਿਆਲ 1.5 ਮਿੰਟ ਤੱਕ ਵੀਡੀਓ ਆਪਾਂ ਦਿਖਾ ਦਈਏ, ਜਿੱਥੋਂ ਤੱਕ ਉਹ ਸਾਰੀ ਚੀਜ਼ ਇਕੱਲਾ ਇਕੱਲਾ ਗਹਿਣਾ ਜਿਹੜਾ ਟਮਾਟਰਾਂ ਦਾ ਪਾਇਆ ਹੋਇਆ ਅਤੇ ਝਲਗੋਜੇ ਜਿਹੜੇ ਹੈਗੇ ਨੇ ਉੱਥੋਂ ਤੱਕ ਦਿਖਾ ਕੇ ਅਤੇ ਉਦੋਂ ਬਾਅਦ ਕੱਟ ਦਿਓ। ਹਾਂਜੀ, ਦਿਖਾਓ ਵੀਡੀਓ। ਜੋ ਦੁਲਹਨ ਹੈ ਉਹਨੇ ਤੁਲਾਈ ਜ਼ੇਵਰਾਤ ਕੀ ਬਜਾਏ ਆਪਣੇ ਗਹਿਣੋਂ ਕੀ ਬਜਾਏ ਹਾਰ ਕੀ ਬਜਾਏ ਟਮਾਟਰ ਕਾ ਹਾਰ ਪਹਿਨਾ ਹੁਆ ਹੈ, ਜਬਕਿ ਗਜਰੋਂ ਕੀ ਜਗ੍ਹਾ ਟਮਾਟਰ ਕੋ ਇਸਤੇਮਾਲ ਕੀਆ ਹੈ, ਟੀਕੇ ਕੀ ਜਗ੍ਹਾ ਔਰ ਝੁਮਕੋ ਕੀ ਜਗ੍ਹਾ ਪਰ ਵੀ ਟਮਾਟਰ ਕਾ ਇਸਤੇਮਾਲ ਕੀਆ ਹੈ। ਬਹੁਤ ਸ਼ੁਕਰੀਆ ਮੈਮ, ਡੇਲੀ ਬਾਕਸਰ ਕੋ ਟਾਈਮ ਦੇਣ ਕਾ, ਸ਼ਾਦੀ ਹੈ ਆਪਕੀ, ਬਹੁਤ ਬਹੁਤ ਮੁਬਾਰਕ ਹੋ। ਲੇਕਿਨ ਯੇ ਕਿਆ ਆਪਣੇ ਜ਼ੇਵਰਾਤ ਕੀ ਜਗ੍ਹਾ ਟਮਾਟਰ ਜ਼ੇਬਤਨ ਕਰ ਲਿਆ? ਆਪ ਜਾਣਤੇ ਹੈ ਕਿ ਸੋਨੇ ਕੇ ਭਾਅ ਬਹੁਤ ਮਹਿੰਗੇ ਹੋ ਰਹੇ ਹੈ, ਤੋ ਟਮਾਟਰ ਔਰ ਚੁਲਗੋਜ਼ੇ ਵੀ ਬਹੁਤ ਮਹਿੰਗੇ ਹੋ ਰਹੇ, ਇਸ ਲਈ ਮੈਨੇ ਆਪਣੀ ਸ਼ਾਦੀ ਪੇ ਟਮਾਟਰ ਸੋਨੇ ਕੀ ਜਗ੍ਹਾ ਪੇ ਟਮਾਟਰ ਔਰ ਚੁਲਗੋਜ਼ੇ ਕਿਤਨਾ ਵੋ ਨਜ਼ਰ ਨਹੀਂ ਆ ਰਹੇ, ਇਹ ਦੇਖੇ ਇਨਵੈਲਪ ਮੇ, ਅਰੇ ਵਾਕਈ ਇਨਵੈਲਪ ਮੇ ਯੇ ਚੁਲਗੋਜ਼ੇ ਹੈ, ਯੇ ਆਪ ਦੇਖ ਸਕਤੇ ਹੈ ਸਾਰੇ ਕੇ ਸਾਰੇ ਚੁਲਗੋਜ਼ੇ ਹੈ, ਤੋ ਯੇ ਚੁਲਗੋਜ਼ੇ ਕਹਾਂ ਸੇ ਹੈ, ਯੇ ਸਲਾਮੀ ਹੈ? ਜੀ ਜੀ, ਯੇ ਸਲਾਮੀ ਹੈ, ਯੇ ਮੇਰੇ ਬੜੇ ਭਾਈ ਨੇ ਭੇਜੇ ਹੈ ਬਾਹਰ ਸੇ, ਇੰਗਲੈਂਡ ਸੇ, ਕੈਨੇਡਾ ਸੇ, ਛੋਟੀ ਬਹਿਨ ਨੇ, ਮਾਮੂ ਨੇ, ਖਾਲਾ ਨੇ, ਸਭ ਨੇ ਮੁਝੇ ਭੇਜੇ ਹੈ, ਕਿਉਂਕਿ ਵੋ ਆ ਤੋ ਸਕਤੇ ਨਹੀਂ ਥੇ ਬਾਹਰ। ਕਾਫੀ ਅਮੀਰ ਫੈਮਿਲੀ ਲੱਗ ਰਹੀ, ਸਾਰੇ ਬਾਹਰ ਹੈ? ਜੀ ਜੀ, ਮਾਸ਼ਾਅੱਲਾ, ਬਹੁਤ ਅਮੀਰ ਲੋਕ ਹੈ। ਕਿਤਨੇ ਜਹੇਜ਼ ਕੇ ਟਰੱਕ ਦੀਏ ਗਏ ਹੈ ਆਪਕੋ? ਅਰੇ ਲਾਨਤ ਭੇਜੋ ਜਹੇਜ਼ ਪੇ, ਮੈਂ ਤੋ ਜਹੇਜ਼ ਕੋ ਬਿਲਕੁਲ ਪਸੰਦ ਨਹੀਂ ਕਰਤੀ, ਜਿਸਨੇ ਆਪਣੀ ਬੇਟੀ ਔਰ ਟਮਾਟਰ ਦੇ ਦੀ ਉਸਨੇ ਸਭ ਕੁਛ ਦੇ ਦੀਆ ਆਪਣਾ ਜਹੇਜ਼ ਪਰ, ਤੋ ਲਾਨਤ ਭੇਜੋ। ਜਹੇਜ਼ ਨਹੀਂ ਲਿਆ, ਵਾਕਈ ਲਾਨਤ ਭੇਜੇ ਜਹੇਜ਼ ਲੈਣੇ ਦੇਣੇ ਵਾਲੋਂ ਪਰ, ਮੁਝੇ ਯੇ ਬਤਾਏ ਕਿ ਆਪਕੋ ਜਹੇਜ਼ ਮੇ ਫਿਰ ਦੀਆ ਕਿਆ ਗਿਆ? ਯੇ ਟਮਾਟਰ ਕੀ ਪੇਟੀਆਂ ਦੀ ਗਈ ਹੈ, ਚੁਲਗੋਜ਼ੇ ਦੀਏ ਗਏ, ਪੇਟੀਆਂ ਦੀ ਗਈ ਹੈ, ਯੇ ਜਿਸਮੇ ਬਿਸਤਰ ਵਗੈਰਾ ਰੱਖੇ ਜਾਤੇ ਹੈਂ? ਨਹੀਂ ਨਹੀਂ, ਜਿਸਮੇ ਟਮਾਟਰ ਹੋਤੇ ਹੈ ਵੋ ਪੇਟੀਆਂ ਹੋਤੀ ਹੈਂ। 3 ਪੇਟੀਆਂ ਟਮਾਟਰੋਂ ਕੀ? ਜੀ ਜੀ, 3 ਪੇਟੀਆਂ ਟਮਾਟਰੋਂ ਕੀ ਦੀ ਗਈ ਹੈ ਮੁਝੇ, ਔਰ ਚੁਲਗੋਜ਼ੇ ਸਾਥ ਦੀਏ ਗਏ ਹੈਂ। ਤੋ ਯੇ ਆਪਨੇ ਇਤਨੇ ਖੂਬਸੂਰਤ ਟਮਾਟਰ ਪਹਿਨੇ ਹੋਏ ਹੈਂ, ਇਸਕੀ ਕਿਆ ਵਜ੍ਹਾ? ਮਾਰੂੰਗੀ, ਹਾਥ ਮਤ ਲਗਾਓ ਮੇਰੇ ਟਮਾਟਰੋਂ ਕੋ, ਆਪਕੋ ਪਤਾ ਹੈ ਮੇਰੇ ਮਾਂ ਬਾਪ ਨੇ ਜਬ ਸੇ ਮੁਝੇ। ਇਹ ਵੀਡੀਓ ਬੜੀ ਇੰਟਰਸਟਿੰਗ ਸੀ ਵੈਸੇ, ਲੱਗਦੀ ਇਸ ਤਰ੍ਹਾਂ ਹੀ ਹੈ ਵੀ ਸਪੈਸ਼ਲ ਉਚੇਚੇ ਤੌਰ 'ਤੇ ਬਣਾਈ ਗਈ ਹੈ, ਪਰ ਨਹੀਂ, ਇਹ ਵਾਕਈ ਵਿਆਹ ਕਹਿੰਦੇ ਉੱਥੇ ਹੋਇਆ। ਅਤੇ ਦਾਜ ਦੇ ਵਿੱਚ ਉਹ ਕਹਿੰਦੇ ਵੀ ਜਿਹਨਾਂ ਨੇ ਕੁੜੀ ਦੇ ਦਿੱਤੀ ਅਤੇ ਨਾਲ ਟਮਾਟਰ ਦੇ ਦਿੱਤੇ, ਹੋਰ ਪਿੱਛੇ ਕੀ ਰੱਖਿਆ? ਆਪਣੇ ਕਿਹਾ ਜਾਂਦਾ ਸੀ ਜਿਹਨੇ ਕੁੜੀ ਦੇ ਦਿੱਤੀ ਉਹਨੇ ਪਿੱਛੇ, ਹੋਰ ਕੀ ਰਹਿ ਗਿਆ ਇਹਦੇ ਉੱਪਰ ਕੀ ਹੁੰਦਾ ਸਭ ਤੋਂ ਵੱਡਾ? ਔਰ ਕਮਾਲ ਦੀ ਗੱਲ ਹੈ ਕਿ ਟਮਾਟਰਾਂ ਦੇ ਉਹਨੇ ਝੁਮਕੇ ਪਾਏ ਸੀ, ਟਮਾਟਰਾਂ ਦੀਆਂ ਉਹਨੇ ਹੱਥਾਂ ਦੇ ਵਿੱਚ ਪਾਈਆਂ ਸੀ ਚੂੜੀਆਂ ਵਗੈਰਾ, ਅਤੇ ਟਮਾਟਰਾਂ ਦੇ ਗਲ 'ਚ ਹਾਰ ਪਾਏ ਸੀਗੇ। ਪਰ ਇਹ ਮੇਰੇ ਖਿਆਲ ਟਮਾਟਰ ਮਹਿੰਗੇ ਕਰਕੇ, ਅਤੇ ਫਿਰ ਹੁਣ ਜਦੋਂ ਵਿਆਹ ਕੇ ਜਾਊਗੀ ਆਪਦੇ ਸਹੁਰੇ ਘਰ, ਤਾਂ ਹੋ ਸਕਦਾ ਫਿਰ ਸੱਸ ਇਹੀ ਕਹੇ ਬਹੂ ਦਹੀਂ ਇੱਕ ਟਮਾਟਰ ਲਾ ਕੇ ਮੈਂ ਸਬਜ਼ੀ ਬਣਾ ਲਾਂ, ਉਹਨੇ ਜੂੜੇ ਵਾਲਾ ਲਾ ਕੇ ਬਣਾਉਣੇ, ਜੂੜੇ ਵਾਲਾ ਰਹਿੰਦੇ ਅਜੇ ਕੱਚਾ, ਇਹ 2 ਦਿਨ ਬਾਅਦ ਵੀ ਕੰਮ ਆਜੂਗਾ, ਤੇਰਾ ਜਿਹੜਾ ਬਾਹਾਂ 'ਚ ਪਾਇਆ ਇਹ ਪਿਲਪਲਾ ਜਿਹਾ ਹੋ ਗਿਆ, ਇਹ ਫੜਾ ਦੇ, ਪਹਿਲਾਂ ਮੈਂ ਇਹ ਪਾ ਲੈਂਦੀ ਹਾਂ। ਚਲੋ ਖੈਰ, ਇਹ ਵੀ ਇੱਕ ਵੱਖਰਾ ਤਰੀਕਾ ਜੀ, ਮਨੋਰੰਜਨ ਦਾ ਤਰੀਕਾ ਕਹਿ ਲਓ, ਚਾਹੇ ਗੱਲਬਾਤ ਦਾ ਤਰੀਕਾ ਕਹਿ ਲਓ, ਇਹ ਵੱਖਰੀ ਤਰ੍ਹਾਂ ਦੀ ਪਾਕਿਸਤਾਨ ਦੀ ਵੀਡੀਓ ਸਾਨੂੰ ਭੇਜੀ ਸੀ ਸਾਡੇ ਕਿਸੇ ਪਾਕਿਸਤਾਨੀ ਮਿੱਤਰ ਨੇ। ਲਓ ਜੀ, ਅੱਗੇ ਗੱਲ ਕਰੀਏ, ਆਪਾਂ ਕੋਈ ਚੀਜ਼ ਖਰੀਦਦੇ ਹਾਂ, ਅੱਗੇ ਵੇਚਦੇ ਹਾਂ, ਅਤੇ ਆਮ ਤੌਰ 'ਤੇ ਤਾਂ ਵਿਕਦੀ ਘਾਟੇ 'ਤੇ, ਜੇ ਅਸੀਂ ਕਾਰ ਦੀ ਗੱਲ ਕਰੀਏ ਜਾਂ ਹੋਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਤਕਰੀਬਨ ਘਾਟੇ 'ਤੇ ਵਿਕਦੀ ਆ। ਪਰ ਅਸੀਂ ਜੇ ਇਹ ਕਹੀਏ ਕਿਸੇ ਨੇ ਕੋਈ ਚੀਜ਼ 90 ਰੁਪਈਏ ਦੀ ਖਰੀਦੀ, ਤਾਂ ਉਹ 4.5 ਕਰੋੜ ਦੀ ਵਿਕੀ, ਤਾਂ ਵਾਕਈ ਹੈਰਾਨੀ ਵਾਲੀ ਗੱਲ ਹੈ ਜੀ, ਬਿਲਕੁਲ ਹੈਰਾਨੀ ਵਾਲੀ ਗੱਲ ਹੈ। ਇਹ ਹੈ ਜੀ, ਬ੍ਰਿਟੇਨ ਦੇ ਵਿੱਚ ਇੱਕ ਬੰਦੇ ਨੇ ਫੁੱਲਦਾਨ ਖਰੀਦਿਆ, ਫਲਾਵਰ ਕੇਸ ਜਿਹਨੂੰ ਆਪਾਂ ਕਹਿ ਦਿੰਦੇ ਫੁੱਲ ਰੱਖਣ ਵਾਲਾ, ਉਹਦੇ 'ਚੋਂ ਖਰੀਦਿਆ ਕਿਤੇ, ਉਹ ਪਾਉਂਡ ਦਾ ਕਿਸਮ ਕੁਛ ਇੱਦਾਂ, ਪਾਉਂਡ ਤੋਂ ਥੋੜ੍ਹਾ ਉੱਪਰ ਉਹਨੂੰ ਮਿਲ ਗਿਆ, ਠੀਕ ਹੈ ਜੀ। ਉਹਨੇ ਰੱਖਿਆ ਪਹਿਲਾਂ ਥੋੜ੍ਹੀ ਦੇਰ ਘਰੇ, ਫਿਰ ਉਹਨੂੰ ਸੋਚਿਆ ਵੇਚ ਦੇਵਾਂ, ਊਂ ਹੀ ਸ਼ਰਾਰਤ ਆਈ ਉਹਦੇ ਦਿਮਾਗ ਦੇ ਵਿੱਚ, ਊਂ ਹੀ ਉਹਨੇ ਪਾ ਤਾ ਔਨਲਾਈਨ 'ਤੇ ਕਿ ਆਹ ਫੁੱਲਦਾਨ ਜਿਹੜਾ ਇਹ ਵਿਕਾਊ ਹੈ ਅਤੇ ਇਹ 300 ਸਾਲ ਪੁਰਾਣਾ, ਨਾਲ ਇੰਨਾ ਲਿਖਤਾ, ਉਹਦੀ ਤਾਂ ਬੋਲੀ ਸ਼ੁਰੂ ਹੋ ਗਈ। ਬੋਲੀ ਜੋ ਸ਼ੁਰੂ ਹੋਈ, 2-4 ਪਾਉਂਡ ਦੱਸ ਕਰਦੇ 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 ਉਹ 4 ਕਰੋੜ ਅਤੇ 48 ਲੱਖ ਰੁਪਈਏ ਦਾ ਵਿਕਿਆ, ਭਾਰਤੀ ਕਿਸੇ ਨੇ ਖਰੀਦਿਆ, ਔਰ ਬ੍ਰਿਟੇਨ ਦਾ ਬੰਦਾ ਨਹੀਂ, ਚੀਨ ਦਾ ਬੰਦਾ ਜਿਹਨੇ ਖਰੀਦਿਆ, ਮੈਨੂੰ ਲੱਗਦਾ ਚੀਨ ਦਾ ਬੰਦਾ ਪਹਿਲਾਂ ਖਰੀਦਿਆ ਹੋਣਾ, ਜਦੋਂ ਅੱਜ ਕੱਲ੍ਹ ਤਾਂ ਖਰੀਦਣ ਜੋਗੇ ਵਿਚਾਰੇ ਹੈ ਨਹੀਂ। ਅਤੇ ਇਹ ਦੇਖੋ ਜੀ, ਇਹ ਵੀ ਕਮਾਲ ਦੀ ਗੱਲ ਹੈ,
ਇਹ ਵੀ ਇਹਨੂੰ ਵੀ ਲੱਖ ਕਹਿ ਦਿੰਦੇ, ਇਹਨੂੰ ਆਪਾਂ ਕਿਸਮਤ ਕਹਿ ਦਿੰਦੇ ਵੀ 90 ਰੁਪਏ ਚੀਜ਼ ਖਰੀਦੀ, 4.5 ਕਰੋੜ ਦੀ ਵੇਗੀ, ਹੋਰ ਸਾਨੂੰ ਕੋਈ ਚਾਹੀਦਾ? ਚਲੋ ਜਾਂਦੇ ਜਾਂਦੇ ਇੱਕ ਖਬਰ ਫਟਾਫਟ ਹੋਰ ਪੜ੍ਹ ਲੈਂਦੇ ਆਪਣੇ ਭਾਰਤ ਮਹਾਨ ਦੀ, ਕਰਨਾਟਕ ਦੀ ਖਬਰ ਹੈ, ਹਾਵੇਰੀ ਜ਼ਿਲ੍ਹੇ ਦੀ ਖਬਰ ਇਹ ਕਰਨਾਟਕ ਦੀ। ਆਪਣੇ ਅਕਸਰ ਕੋਸ਼ਿਸ਼ ਇਹ ਹੁੰਦੀ ਸਰਕਾਰਾਂ ਦੀ ਕਿ ਨਕਲ ਜਿਹੜੀ ਹੈ ਉਹ ਰੋਕੀ ਜਾਵੇ, ਨਕਲ ਰੋਕਣ ਵਾਸਤੇ ਸੁਪਰਡੈਂਟ ਸਖਤ ਹੁੰਦੇ, ਕਦੇ ਕੁਛ ਹੁੰਦਾ ਕਦੇ ਕੁਛ ਹੁੰਦਾ, ਪਰ ਨਕਲ ਜਿਹੜੀ ਆ ਉਹ ਰੁਕੀ ਨਹੀਂ। ਪੇਪਰਾਂ ਦੀ ਗੱਲ ਕਰਦਾ, ਵੈਸੇ ਤਾਂ ਜਿਹੜੀ ਹੈਗੀ ਨਕਲ ਚੱਲੀ ਜਾਂਦੀ ਇੱਕ ਦੂਜੇ ਨਕਲ ਕਰਨਾ, ਪੇਪਰਾਂ ਦੇ ਵਿੱਚ ਨਕਲ ਦੀ ਗੱਲ ਕਰਦੇ ਹਾਂ, ਅਤੇ ਨਕਲ ਰੁਕਦੀ ਨਹੀਂ ਰੁਕਦੀ ਨਹੀਂ। ਫਿਰ ਕਰਨਾਟਕ ਦੇ ਵਿੱਚ ਇਹਨਾਂ ਨੇ ਇੱਕ ਵੱਖਰਾ ਤਰੀਕਾ ਲੱਭਿਆ ਨਕਲ ਰੋਕਣ ਦਾ, ਜਿਵੇਂ ਆਪਾਂ ਬਲਦਾਂ ਦੇ ਖੋਪੇ ਨਹੀਂ ਲਾਈਦੇ, ਜਦੋਂ ਉਹਨਾਂ ਨੂੰ ਹਲ ਵਾਹੁਣ ਵਾਸਤੇ ਲੈ ਕੇ ਜਾਂਦੇ ਸੀਗੇ, ਖੋਪੇ ਲਾ ਦਿੰਦੇ ਸੀਗੇ, ਵੀ ਉਹਨਾਂ ਨੂੰ ਆਲੇ ਦੁਆਲੇ ਦੀਂਦੇ ਹੀ ਕੁਛ ਨਹੀਂ, ਜੋ ਉਹਨਾਂ ਹੀ ਸਾਹਮਣੇ ਦੀਂਦਾ ਸੀ ਵੀ ਆਹ ਕੁਛ ਹੀ, ਆਲੇ ਦੁਆਲੇ ਤਾਂ ਹਾ ਘਾਹ ਘੂ ਤਾਂ ਹੈ ਹੀ ਨਹੀਂ, ਜਮ੍ਹਾਂ ਹੀ ਆਲੇ ਦੁਆਲਾ ਕਾਲਾ ਆ ਸਾਹਮਣੇ। ਉਹ ਇਵੇਂ ਹੀ ਆ, ਫੋਟੋ ਤੁਸੀਂ ਦੇਖ ਰਹੇ ਹੋਵੋਗੇ ਸਕਰੀਨ 'ਤੇ, ਅਤੇ ਗੱਤੇ ਲੈ ਕੇ ਉਹ ਉਹਨਾਂ ਦੇ ਮੂੰਹ ਦੇ ਉੱਪਰ ਪਾਏ ਆ, ਅਤੇ ਸਿਰਫ ਉਹਨਾਂ ਦਾ ਧਿਆਨ ਪੇਪਰ ਦੇ ਉੱਪਰ ਹੀ ਰਹੇ। ਅਤੇ ਵੈਸੇ ਤਾਂ ਬੜੀ ਅਜੀਬ ਗੱਲ ਆ, ਅਜੀਬ ਹਰਕਤ ਹੈਗੀ ਆ ਇਹ ਤਾਂ ਟੀਚਰਾਂ ਦੀ ਵੀ, ਪਰ ਉਹ ਕਹਿੰਦੇ ਫਨ ਵਾਹਵਾ ਹੋਇਆ, ਉਹ ਹੱਸੇ ਹੁੱਸੇ ਵਾਹਵਾ ਸਟੂਡੈਂਟ ਵੀ ਜਿਹੜੇ ਪੇਪਰ ਦੇਣ ਵਾਲੇ ਸੀ, ਅਤੇ ਟੀਚਰ ਵੀ ਹੱਸੇ, ਅਤੇ ਉਦੋਂ ਬਾਅਦ ਇਹ ਹਰਕਤ ਤਾਂ ਮਾੜੀ ਆ। ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਹਰਕਤ ਕੀਤੀ ਇਹਦਾ ਕਾਰਨ ਕੋਈ ਹੋਰ ਹੋ ਸਕਦਾ, ਕਾਰਨ ਇਹ ਹੋ ਸਕਦਾ ਵੀ ਸਾਰਿਆਂ ਦੇ ਮੂੰਹ ਦੇ ਉੱਪਰ ਤਾਂ ਪਾਤੇ ਗੱਤੇ ਜੇ, ਫਿਰ ਹੁਣ ਜਿਹਦੇ ਕੋਲ ਪੈਸੇ ਪੂਸੇ ਲਏ ਹੋ ਸਕਦੇ ਆ ਕਿਸੇ ਕੋਲੋਂ, ਸਟੂਡੈਂਟ ਦੇ ਮਾਂ ਪਿਓ ਨੇ ਦਿੱਤੇ ਹੋਣਗੇ ਪੈਸੇ ਵੀ ਸਾਡਾ ਬੱਚਾ ਪਾਸ ਕਰਾ ਦਿਓ, ਫਿਰ ਉਹਦਾ ਹੋ ਸਕਦਾ ਜੀ, ਬਾਕੀਆਂ ਤੋਂ ਕੁਛ ਦਿੰਦਾ ਹੀ ਨਹੀਂ, ਉਹਦੇ ਮੂੰਹ ਤੋਂ ਗੱਤਾ ਚੱਕ ਕੇ ਤਾਂ ਉਹਨੂੰ ਪੁੱਛ ਲੈਂਦੇ ਹੋਣ ਵੀ ਕਿਹੜਾ ਕੁਐਸਚਨ ਚਾਹੀਦਾ, ਆਲੇ ਆਲੇ ਫੜ ਤਾਂ ਫੇਰ ਗੱਤਾ ਉਹਦੇ ਮੂੰਹ 'ਤੇ ਰੱਖ ਦਿੰਦੇ ਹੋਣੇ। ਭਾਰਤ ਦੇ ਵਿੱਚ ਕੁਛ ਵੀ ਹੋ ਸਕਦਾ, ਸਾਰਾ ਕੁਝ ਸੰਭਵ ਹੋ ਸਕਦਾ ਭਾਰਤ ਦੇ ਵਿੱਚ। ਚਲੋ ਜੀ, ਇਹ ਸੀ ਉੱਡਦੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ। ਬ੍ਰੇਕ ਤੋਂ ਬਾਅਦ ਫਿਰ ਆਪਾਂ ਬਕਾਇਦਾ ਵਿਸ਼ੇ ਵੱਲ ਚੱਲਾਂਗੇ, ਅਤੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਫਿਰ ਤੁਹਾਡੀਆਂ ਕਾਲਾਂ ਵੀ ਨਾਲ ਦੀ ਨਾਲ ਲਵਾਂਗੇ। ਤੁਸੀਂ ਉਹਨਾਂ ਦਾ ਨੰਬਰ ਡਾਇਲ ਕਰ ਲਓ, ਅਤੇ ਮੈਂ ਲੈਂਦਾ ਬ੍ਰੇਕ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ, ਅਤੇ ਸ਼ੁਰੂ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਟੈਲੀਫੋਨ 'ਤੇ ਜਿਵੇਂ ਕਰੀਦਾ। ਵਿਸ਼ਾ ਅੱਜ ਦਾ ਹੈਗਾ, ਇੱਕ ਲਾਈਨਾਂ ਨੇ ਦੋ, ਕਿ ਛੱਡ ਆਦਤ ਖਿਜਣ ਖਿਜਾਉਣ ਦੀ, ਛੱਡ ਆਦਤ ਰੁੱਸਣ ਮਨਾਉਣ ਦੀ, ਆ ਬਹਿ ਜਾ ਮੇਰੇ ਕੋਲ ਜਰਾ ਗੱਲ ਕਰੀਏ ਸੁਣਨ ਸੁਣਾਉਣ ਦੀ। ਇਹਦੇ 'ਚ ਇੱਕ ਆਦਤ ਦਾ ਲਫਜ਼ ਹੈਗਾ, ਬਹੁਤ ਦੇਰ ਪਹਿਲਾਂ ਆਪਾਂ ਵਿਸ਼ਾ ਕਰਿਆ ਸੀਗਾ ਨਿਊਯਾਰਕ ਜਦੋਂ ਹੁੰਦੇ ਸੀਗੇ ਮੇਰੇ ਖਿਆਲ। ਆਦਤ ਇੱਕ ਐਸੀ ਹੈ ਬੰਦੇ ਦੀ, ਉਹ ਕਹਿੰਦੇ ਵੀ ਵਾਰ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ, ਬਹੁਤ ਸਾਰੀਆਂ ਆਦਤਾਂ ਜਿਹੜੀਆਂ ਪੈ ਜਾਂਦੀਆਂ ਬੰਦੇ ਨੂੰ, ਉਹ ਜਾਂਦੀਆਂ ਨਹੀਂ ਹੈਗੀਆਂ। ਜਿਵੇਂ ਕਹਿ ਲਓ ਜਿਹਨੂੰ ਝੂਠ ਬੋਲਣ ਦੀ ਆਦਤ ਹੈ, ਉਹ ਜਾਂਦੀ ਨਹੀਂ, ਬਿਨਾਂ ਵਜ੍ਹਾ ਝੂਠ ਬੋਲ ਦਿੰਦਾ, ਉਹਦਾ ਫਾਇਦਾ ਹੋਵੇ ਨਾ ਹੋਵੇ ਆਦਤ ਅਨੁਸਾਰ ਝੂਠ ਬੋਲ ਜਾਂਦਾ। ਜਿਹਨੂੰ ਪੰਗੇ ਲੈਣ ਦੀ ਆਦਤ ਹੈ, ਉਹਨੇ ਪੰਗੇ ਲੈਣੇ ਲੈਣੇ, ਉਸ ਪੰਗੇ ਦਾ ਕੋਈ ਫਾਇਦਾ ਹੁੰਦਾ ਹੋਵੇ ਚਾਹੇ ਉਹਨੂੰ ਨੁਕਸਾਨ ਹੁੰਦਾ ਹੋਵੇ, ਉਹਨੇ ਜਾਂਦੇ ਜਾਂਦੇ ਪੰਗਾ ਲੈਣਾ ਹੀ ਲੈਣਾ। ਜਿਹਨੂੰ ਆਦਤ ਚੋਰੀ ਦੀ ਹੈ, ਉਹ ਕਿੰਨਾ ਮਰਜ਼ੀ ਅਮੀਰ ਹੋ ਜਾਏ, ਕਿਹਾ ਇਹ ਜਾਂਦਾ ਹੈ ਕਿ ਉਹ ਕਿੰਨਾ ਮਰਜ਼ੀ ਅਮੀਰ ਹੋ ਜਾਏ ਤਾਂ ਉਹਦੀ ਆਦਤ ਉਹ ਨਹੀਂ ਜਾਂਦੀ, ਜਦੋਂ ਉਹਨੂੰ ਮੌਕਾ ਮਿਲਦਾ ਕਿਤੇ ਤਾਂ ਉਹ ਹੱਥ ਸਾਫ਼ ਕਰ ਹੀ ਜਾਂਦਾ ਹੈ। ਸੋ ਆਦਤ ਤੋਂ ਮਜਬੂਰ ਬੰਦੇ ਜਿਹੜੇ ਆ, ਉਹਨਾਂ ਦੀ ਗੱਲਬਾਤ ਕਰਨੀ ਹੈ। ਵੈਸੇ ਤਾਂ ਆਦਤ ਤੋਂ ਮਜਬੂਰ ਬੰਦਾ ਜਿਹੜਾ, ਜਿਹੜੇ ਬੰਦਾ ਕੰਮ ਕਾਰ 'ਚ ਹੁੰਦਾ ਉਹਦੀ ਖਾਸ ਤੌਰ 'ਤੇ ਆਦਤ ਪੈ ਜਾਂਦੀ ਹੈ, ਉਹ ਕਹਿਣ ਦੀ ਆਦਤ ਪੈ ਜਾਂਦੀ ਹੈ, ਸੁਣਨ ਦੀ ਆਦਤ ਪੈ ਜਾਂਦੀ ਹੈ, ਉਹ ਚੀਜ਼ ਫਿਰ ਅਸੀਂ ਜੇ ਕੋਈ ਕੰਮ 'ਤੇ ਹੈਗੇ ਹਾਂ ਆਦਤ ਕੰਮ ਦੀ ਆ, ਉਹ ਘਰ ਵੀ ਉਹਨੂੰ ਇੰਪਲੀਮੈਂਟ ਕਰਨ ਲੱਗ ਜਾਂਦੇ ਹਾਂ। ਅਤੇ ਪੁਲਿਸ ਵਾਲੇ ਜਿਵੇਂ ਹੋਏ, ਉਹ ਕਈ ਵਾਰੀ ਮਤਲਬ ਘਰ ਵੀ ਸ਼ੱਕ ਦੀ ਨਿਗਰਨ ਦੇਖੀ ਜਾਂਦੇ ਵੀ ਆ ਨਿਆਣਾ ਐਂ ਨੂੰ ਗਿਆ, ਇਹ ਪਤਾ ਨਹੀਂ ਕਿਉਂ ਗਿਆ, ਐਂ ਆ ਵਾਈਫ ਨੇ ਆਹ ਪਤਾ ਨਹੀਂ ਕਿਉਂ ਫੋਨ ਚੱਕ ਕੇ ਮੁੜ ਕੇ ਰੱਖਤਾ, ਪਤਾ ਨਹੀਂ ਕੀ ਹੋ ਗਿਆ। ਉਹ ਘਰ ਵੀ ਉੱਦਾਂ ਹੀ ਉਹਨਾਂ ਨੂੰ ਸਾਰੇ ਮੁਜਰਮ ਹੀ ਲੱਗਦੇ ਨੇ, ਆਦਤ ਪਈ ਹੁੰਦੀ ਹੈ। ਉਹ ਕਹਿੰਦੇ ਵੀ ਕਿਸੇ ਉਹਦਾ ਕੰਡਕਟਰ ਦਾ ਹੋ ਗਿਆ ਵਿਆਹ, ਹਰਿਆਣਵੀ ਕੰਡਕਟਰ ਸੀ ਅਤੇ ਵਿਆਹ ਹੋ ਗਿਆ, ਆਦਤ ਉੱਥੇ ਪਈ ਸੀ, ਸੀਟੀਆਂ ਸੂਟੀਆਂ ਮਾਰਦੇ ਰਹੇ, ਭਾਈ ਉਸ ਤਰਫ ਹੋ ਜਾਓ, ਇਸ ਤਰਫ ਹੋ ਜਾਓ, ਇਸ ਤਰਫ ਹੋ ਜਾਓ, ਇਹ ਕਰ ਲਓ ਉਹ ਕਰ ਲਓ, ਆਦਤ ਉਹੀ ਪਈ ਸੀ। ਅਤੇ ਵਿਆਹ ਤੋਂ ਬਾਅਦ ਜਦੋਂ ਵਾਈਫ ਕੋਲ ਗਿਆ ਤਾਂ ਵਾਈਫ ਘੁੰਡ ਕੱਢ ਕੇ ਬੈਠੀ ਬੈੱਡ ਦੇ ਵਿਚਾਲੇ ਉਹਦੀ, ਅਤੇ ਉਹਨੂੰ ਆਦਤ ਉਹੀ ਪਈ ਸੀ ਸੀਟੀ ਮਾਰਦੀ, ਸੀਟੀ ਮਾਰ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਰੇ ਭਾਈ ਥੋੜ੍ਹਾ ਉਸ ਤਰਫ ਸਰ ਕੇ ਉਹ ਇੱਕ ਸਵਾਰੀ ਔਰ ਬੈਠੇਗੀ, ਤਾਂ ਮਤਲਬ ਆਦਤ ਉਹ ਪਈ ਸੀ। ਇਸੇ ਤਰ੍ਹਾਂ ਬਹੁਤ ਸਾਰੀਆਂ ਆਦਤਾਂ, ਜੇ ਮਿਸਤਰੀ ਹੁੰਦਾ ਕੋਈ, ਮਿਸਤਰੀ ਜਿਹੜੇ ਆਮ ਆਪਾਂ ਮਿਸਤਰੀ ਹੈਗੇ ਪਿੰਡਾਂ ਦੇ ਵਿੱਚ ਹੁੰਦੇ ਆ, ਹੁਣ ਤਾਂ ਖੈਰ ਸਿਸਟਮ ਚੇਂਜ ਹੋ ਗਿਆ, ਆਪਾਂ ਵੈਸੇ ਗੱਲ ਕਰ ਲਈ ਦੀ ਹੈ, ਮਿਸਤਰੀ ਜਿਹੜੇ ਕੋਈ ਕੰਮ ਕਾਰ ਕਰਨ ਵਾਲੇ ਹੁੰਦੇ ਪਿੰਡਾਂ 'ਚ ਲੱਕੜ ਦਾ ਕੰਮ ਕਰਨ ਵਾਲੇ, ਤਾਂ ਉਹ ਮਿਸਤਰੀ ਕੋਈ ਚੱਲ ਜਾਂਦਾ ਕਿਸੇ ਦੇ ਸੰਸਕਾਰ 'ਤੇ, ਮੰਨ ਲਓ ਚਲੇ ਗਿਆ ਸੰਸਕਾਰ ਉੱਥੇ ਗਿਆ, ਅਤੇ ਉਹ ਜਿਹੜੀ ਜਿੱਥੇ ਰੱਖੀਆਂ ਲੱਕੜਾਂ ਵਗੈਰਾ ਰੱਖੀਆਂ ਉਹਨੂੰ ਫੂਕਣ ਵਾਸਤੇ ਮੁਰਦੇ ਨੂੰ,
ਉਹ ਰੱਖੀਆਂ ਤੇ ਉਹਦੇ ਕੋਲੇ ਕਦੇ ਐਂ ਨੂੰ ਬਹਿ ਜਾਵੇ, ਕਦੇ ਦੂਏ ਪਾਸੇ ਜਾ ਕੇ ਐਂ ਬਹਿ ਜਾਵੇ, ਕਦੇ ਇੱਧਰ ਨੂੰ ਬਹਿ ਜਾਵੇ, ਕਦੇ ਇੱਧਰ ਨੂੰ ਬਹਿ ਜਾਵੇ। ਉਹ ਕਹਿੰਦੇ ਵੀ ਇਹ ਕੀ ਹੈਗਾ ਇਹ, ਤੂੰ ਇੱਦਾਂ ਕਿਉਂ ਕਰੀ ਜਾਂਦਾ, ਇੱਧਰ ਕਦੇ ਬਹਿ ਜਾਂਦਾ, ਕਦੇ ਉੱਧਰ ਬਹਿ ਜਾਂਦਾ, ਤੇਰਾ ਪਿਆਰ ਸੀ ਇਹਦੇ ਨਾਲ? ਉਹ ਕਹਿੰਦਾ ਪਿਆਰ ਨਹੀਂ ਸੀ, ਕਹਿੰਦਾ ਮੈਨੂੰ ਨਾ ਅਰਥੀ ਗੁਣੀਏ 'ਚ ਨਹੀਂ ਲੱਗਦੀ, ਕਹਿੰਦਾ ਉਹਨਾਂ ਨੂੰ ਗੁਣੀਆਂ ਦਿਸਦਾ ਹੁੰਦਾ ਹਰ ਗੱਲ ਦੇ ਵਿੱਚ, ਉਹਨਾਂ ਨੇ ਆ ਕੇ ਕਰਕੇ ਮਿਸਤਰੀਆਂ ਨੇ ਦੇਖੋ ਘਰ ਦੇ ਵਿੱਚ ਆਉਣਗੇ ਫਟਾਫਟ ਲੱਗ ਜੂ ਬੰਦਾ ਮਿਸਤਰੀ ਹੈ ਉਹਦੀਆਂ ਆਦਤਾਂ ਤੋਂ। ਹੁਣ ਟੈਕਸੀਆਂ ਵਾਲਿਆਂ ਨੂੰ ਉੱਥੇ ਆਦਤ ਆ, ਜਾਂ ਇੱਥੇ ਦੀ ਗੱਲ ਕਰ ਲਓ, ਲਾਈਨਾਂ ਚੇਂਜ ਕਰ ਕਰਕੇ ਫਟਾਫਟ ਸਵਾਰੀਆਂ ਲਾਉਣ ਦੀ, ਉਹ ਘਰ ਵਾਲੇ ਵੀ ਨਾਲ ਬੈਠੇ ਹੋਣ, ਘਰ ਵਾਲੀ ਨਾਲ ਬੈਠੀ ਹੋਵੇ ਤਾਂ ਵੀ ਉਹਨਾਂ ਨੂੰ ਇਹੀ ਹੁੰਦਾ, ਪਤਾ ਨਹੀਂ ਜਿਵੇਂ ਸਵਾਰੀ ਲਾਉਣੀ ਹੈ ਉਸੇ ਤਰ੍ਹਾਂ ਭੱਜਦੇ ਜਾਂਦੇ ਨੇ। ਜਿਹੜੇ ਬੰਦੇ ਸਫਾਈ ਸਫੂਈ ਕਰਦੇ ਆ, ਕਲੀਨ ਅਪ ਦਾ ਕੰਮ ਜਿਹਨਾਂ ਦਾ ਹੈਗਾ, ਉਹਨਾਂ ਨੂੰ ਨਜ਼ਰ ਇਹੀ ਰਹਿੰਦੀ ਵੀ ਕਿੱਥੇ ਗੰਦ ਪਿਆ। ਉਹ ਕਿਸੇ ਦੇ ਘਰ ਜਾਣਗੇ, ਉਹਨਾਂ ਨੂੰ ਆਦਤ ਪਈ ਹੁੰਦੀ, ਉਹਨਾਂ ਨੇ ਖੂੰਜਿਆਂ ਦੇ ਵਿੱਚੋਂ ਉਂਗਲ ਦੇ ਨਾਲ ਐਂ ਕੱਢ ਕੇ ਮਿੱਟੀ ਇਕੱਠਾ ਉਹਨੂੰ ਦੇਖੀ ਜਾਣਾ, ਵੀ ਮਿੱਟੀ ਇਕੱਠਾ ਜੰਮਿਆ ਹੋਇਆ ਉਹਨੂੰ ਦੇਖੀ ਜਾਣਾ ਬਿਨਾਂ ਵਜ੍ਹਾ ਤੋਂ। ਸੋ ਇਸੇ ਤਰ੍ਹਾਂ ਸਾਰੇ ਜਿਹੜੇ ਹੈਗੇ ਨੇ, ਜਿਵੇਂ ਡੈਂਟਿੰਗ ਪੇਂਟਿੰਗ ਵਾਲੇ ਬੰਦੇ ਹੈਗੇ, ਉਹਨਾਂ ਨੂੰ ਆਦਤ ਪਈ ਹੁੰਦੀ ਹੈ ਉਹ ਗੱਡੀ 'ਤੇ ਹੱਥ ਫੇਰ ਕੇ ਕਹਿਣਾ, ਵੀ ਚਾਹੇ ਬੰਦਾ ਗੱਡੀ ਨਵੀਂ ਲਿਆ ਹੋਵੇ ਉੱਤੇ ਹੱਥ ਫੇਰ ਕੇ ਕਹਿਣਾ ਵੀ ਪੇਂਟ ਕਰਾਈ ਲੱਗਦੀ ਹੈ। ਸੋ ਇਹੋ ਜਿਹੀਆਂ ਆਦਤਾਂ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ, ਟਰੱਕਾਂ ਵਾਲਿਆਂ ਨੂੰ ਆਦਤਾਂ ਜਿਹੜੀਆਂ ਪਈਆਂ ਹੁੰਦੀਆਂ ਟਰੱਕਾਂ ਵਾਲਿਆਂ ਦੇ, ਆਪਾਂ ਬਾਹਲੀ ਗੱਲ ਕਰੀਏ, ਬਾਹਲੇ ਜਿਹੜੇ ਕਰੀਏ ਕਿ ਉਹਨਾਂ ਦੇ ਉਹ ਨਾਮ ਨਹੀਂ ਯਾਦ ਹੁੰਦੇ, ਉਹਨਾਂ ਨੂੰ ਆਦਤ ਇਹੀ ਪਈ ਹੁੰਦੀ ਹੈ ਵੀ ਫਲਾਨੇ 55-30 ਵਾਲਾ ਬੰਦਾ ਅਤੇ 18-32 ਵਾਲਾ ਬੰਦਾ ਅਤੇ ਫਲਾਨਾ, ਉਹ ਉਹਨਾਂ ਨੂੰ ਇਹੀ ਆਦਤ ਪਈ ਹੁੰਦੀ, ਉਹਨਾਂ ਦੇ ਉਹੀ ਅੱਗੇ ਅੱਗੇ ਆਦਤ ਚੱਲੀ ਜਾਂਦੀ ਹੈ ਅਤੇ ਘਰ ਵੀ ਕਈ ਵਾਰੀ ਉਹੀ ਆਦਤ ਸਾਹਮਣੇ ਆ ਜਾਂਦੀਆਂ। ਸੋ ਆਪਾਂ ਇਹੋ ਜਿਹੀ ਗੱਲਬਾਤ ਅੱਜ ਮੈਂ ਤੁਹਾਡੇ ਨਾਲ ਕਰਨੀ ਹੈ, ਕੱਲ੍ਹਾਂ ਤੁਹਾਡੀਆਂ ਆਉਣੀ ਸ਼ੁਰੂ ਹੋ ਗਈਆਂ, ਅਤੇ ਵੈਸੇ ਇੱਕ ਮੈਂ ਤਾਂ ਖੈਰ ਬੜਾ ਨਹੀਂ ਕੀਤਾ, ਮੈਂ ਨੋਟ ਕੀਤੀ ਇਹ ਗੱਲ, ਐਂਕਰ ਜਿਹੜੇ ਹੁੰਦੇ ਹੋਸਟ, ਉਹਨਾਂ ਨੂੰ ਆਦਤ ਇਹ ਹੁੰਦੀ ਆਦਤ, ਮੈਂ ਵੀ ਵੈਸੇ ਵਿੱਚੇ ਆ ਗਿਆ ਪਰ ਮੈਨੂੰ ਇਹ ਘੱਟ ਹੈ, ਚਾਹੇ ਰੇਡੀਓ ਦੇ ਹੋਣ ਚਾਹੇ ਕੋਈ ਹੋਣ, ਅਤੇ ਜਦੋਂ ਪ੍ਰੋਗਰਾਮ ਕਰਦੇ ਹੋਣ ਲਾਈਵ ਅਤੇ ਨਾਲੇ ਤਾਂ ਕਹੀ ਜਾਣਗੇ ਤੁਹਾਡੀਆਂ ਸਾਰੀਆਂ ਕਾਲਾਂ ਭਰੀਆਂ ਪਈਆਂ, ਨਾਲੇ ਵਾਰ ਵਾਰ ਅਨਾਊਂਸ ਕਰੀ ਜਾਣਗੇ ਇਸ ਨੰਬਰ 'ਤੇ ਕਾਲ ਕਰੋ, ਵੀ ਜੇ ਕਾਲਾਂ ਭਰੀਆਂ ਪਈਆਂ ਫਿਰ ਕਾਲ ਕਾਹਦੇ ਵਾਸਤੇ ਕਰਾ ਰਹੇ ਹੋ। ਸੋ ਇਹ ਇੱਕ ਆਦਤ ਬਣ ਜਾਂਦੀ ਹੈ, ਕਾਲਾਂ ਹੈ ਨਹੀਂ ਹੈ, ਇੱਕ ਆਦਤ ਬਣੀ ਹੁੰਦੀ ਹੈ ਕਿ ਕਾਲਾਂ ਬਹੁਤ ਸਾਰੀਆਂ ਭਰੀਆਂ ਪਈਆਂ, ਅਤੇ ਨਾਲ ਦੀ ਨਾਲ ਹੈਗੀ ਵੀ ਤੁਸੀਂ ਕਾਲ ਕਰਕੇ ਆਪਣੀ ਨਾਲ ਨਾਲ ਨੰਬਰ ਦੱਸ ਕੇ ਕਹੋ ਕਾਲ ਕਰੋ। ਸੋ ਇਹੋ ਜਿਹੀਆਂ ਆਦਤਾਂ ਜਿਹੜੀਆਂ ਹੈਗੀਆਂ, ਆਪਾਂ ਆਦਤਾਂ ਦੀ ਗੱਲ ਕੀਤੀ ਸੀ ਵੀ ਛੁੱਟਦੀਆਂ ਨਹੀਂ, ਬਹੁਤ ਸਾਰੀਆਂ ਆਦਤਾਂ, ਮਾੜੀਆਂ ਆਦਤ ਕਿਹੜੀ ਹੈ ਤੁਹਾਡੀ, ਇਹੋ ਜਿਹੀ ਵੀ ਗੱਲ ਕਰ ਲਈ ਸੀ ਵੀ ਕੀ ਕੰਮ ਵਾਲੀਆਂ ਆਦਤਾਂ ਘਰ ਸਾਡੇ ਨਾਲ ਆਉਂਦੀਆਂ, ਘਰ ਕਈ ਦੇ ਇਹੋ ਜਿਹਾ ਕੋਈ ਪੰਗਾ ਪਿਆ ਵੀ ਘਰ ਆਦਤਾਂ ਨਾਲ ਆਈਆਂ ਹੋਣ, ਜਾਂ ਕੁਛ ਐਸਾ ਹੋਇਆ ਹੋਵੇ ਆਦਤ ਤੋਂ ਮਜਬੂਰ ਬੰਦੇ ਤੁਹਾਡੀ ਨਜ਼ਰ ਦੇ ਵਿੱਚ ਕੁਛ ਹੋਣ, ਦੋਸਤ ਮਿੱਤਰ ਭੈਣ ਭਰਾ, ਉਹਨਾਂ ਬਾਰੇ ਕੋਈ ਗੱਲਬਾਤ ਸਾਡੇ ਲੱਖਾਂ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹੋ। ਮੈਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਿਹਾ ਹਾਂ, ਅਤੇ ਤੁਸੀਂ ਕਿਰਪਾ ਕਰਕੇ ਟੈਲੀਫੋਨ ਵੱਲ ਹੀ ਧਿਆਨ ਦੇਣਾ, ਟੈਲੀਵਿਜ਼ਨ ਦੀ ਆਵਾਜ਼ ਘੱਟ ਕਰਨੀ, ਇਹ ਮੈਂ ਤਾਂ ਸਲੋ ਸਲੋ ਬੋਲਿਆ ਕਿਉਂਕਿ ਇੰਨਾ ਕੁ ਟਾਈਮ ਲੱਗਦਾ, ਉਦੋਂ ਬਾਅਦ ਆਵਾਜ਼ ਜਿਹੜੀ ਤੁਹਾਡੇ ਤੱਕ ਪਹੁੰਚਦੀ ਆ। ਲਓ ਜੀ ਕਾਲਾਂ ਸਿਲਸਿਲਾ ਸ਼ੁਰੂ ਕਰ ਲੈਂਦੇ ਅੱਜ ਫਟਾਫਟ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ, ਬਹੁਤ ਬਹੁਤ ਸਵਾਗਤ। ਮੈਂ ਕਿਹਾ ਚਲੋ ਵਿਸ਼ਾ ਤੁਸੀਂ ਬਾਅਦ 'ਚ ਦੱਸੋਗੇ, ਮੈਨੂੰ ਮੇਕਅਪ ਤੋਂ ਤੁਹਾਡਾ ਜਿਹੜਾ ਸੀ ਨਾ ਅੱਜ ਤੁਸੀਂ ਕਵਰ ਸੁਣਾਈ, ਉਹਦੇ ਬਾਰੇ ਮੈਂ ਗੱਲ ਕਰਨੀ ਸੀ। ਕਿਹੜੀ ਜੀ, ਕਿਹੜੀ? ਉਹ ਇਹ ਆ ਕਿ ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸ ਦਿੰਦਾ ਆ। ਹਾਂਜੀ, ਸਾਡੇ ਜਲੰਧਰ ਵਾਪਰ ਚੁੱਕੀ ਗੱਲ ਇਹ। ਅੱਛਾ, ਇਹ ਗੱਲ 82-83 ਦੀ ਆ। ਹਾਂਜੀ, ਚਲੋ ਮੈਂ ਸ਼ਹਿਰ ਦੱਸ ਦਿੰਦਾ, ਜਲੰਧਰ ਵੀ ਦੱਸਦਾ ਤੁਹਾਨੂੰ। ਹੁਸ਼ਿਆਰਪੁਰ ਦੀ ਕੁੜੀ ਸੀਗੀ, ਵਿਆਹ ਕੇ ਲਿਆਂਦੀ, ਉਹਨਾਂ ਕੁੜੀ ਦਿਖਾ ਲਈ ਵੀ ਪੂਰਾ ਮੇਕਅਪ ਕਰਾ ਕੇ, ਹਨਾ, ਬਿਲਕੁਲ ਚਿੱਟੀ ਕਰਕੇ, ਕੁੜੀ ਪੱਕੇ ਰੰਗ ਸੀ, ਮਾਤਾ ਦਾਗ ਵੀ ਸੀਗੇ ਹੈਂ, ਤੇ ਜਿੱਦਣ ਵਿਆਹ ਕੇ ਵੀ ਆਂਦੀ ਤੇ ਉਦਣ ਵੀ ਉਹਨਾਂ ਮੇਕਅਪ ਕਰਾ ਕੇ ਘਾਲ ਦਿੱਤੀ ਹੈਂ, ਤੇ ਜਿਹੜੇ ਰਾਤ ਨੂੰ ਤੇ ਚਲੋ ਵਿਆਹ ਕੇ ਬਰਾਤ ਆ ਗਈ, ਤੇ ਸਵੇਰੇ ਕੁੜੀ ਨੇ ਹੱਥ ਹੋ ਕੇ ਬਾਹਰ ਕਿਚਨ ਚ ਆਈ, ਆਪਣੇ ਡਰਾਇੰਗ ਰੂਮ ਚ ਨਿਕਲੀ, ਤੇ ਮੁੰਡੇ ਨੇ ਦੇਖਿਆ ਬਗੈਰ ਮੇਕਅਪ ਤੋਂ, ਮੁੰਡਾ ਤਾਂ ਉੱਥੇ ਹੀ ਚੌੜਾ ਹੋ ਗਿਆ। ਅੱਛਾ, ਕਹਿੰਦਾ ਜੀ ਵੀ ਸਾਰੀ ਉਮਰ ਥੋੜਾ ਮੈਂ ਮੇਕਅਪ ਕਰਕੇ ਲਈ ਫਿਰਨੀ ਆ, ਮੈਂ ਤੇ ਨੰਗੇ ਮੂੰਹ ਵੀ ਲਿਜਾਣੀ ਆ, ਲੋਕੀ ਕੀ ਕਹਿਣਗੇ ਹੈਂ, ਮੈਂ ਤੇ ਦੇਖਣੀ। ਉਹਨਾਂ ਦੇ ਕਦ ਕਲੇਸ਼ ਪੈ ਗਿਆ ਬੜਾ। ਅੱਛਾ, ਉਹ ਸ਼ਾਮ ਤਾਈ ਸਮਝਾਉਂਦੇ ਰਹੇ ਮੁੰਡੇ ਨੂੰ, ਗੱਲ ਬਣੀ ਕੋਈ ਨਾ ਹੈਂ, ਫੇਰ ਉਹਨਾਂ ਕੁੜੀ ਦੇ ਮਾਪੇ ਵੀ ਬੁਲਾ ਲਏ ਉਧਰ, ਉਹ ਵੀ ਕਹਿਣ ਵੀ ਅਸੀਂ ਕੀ ਕਰੀ। ਅੱਛਾ, ਉਹ ਚਲੋ ਮੇਰੇ ਕੋ ਤਾਂ ਹੁੰਦੇ ਹੀ ਸੀਗੇ ਬਹੁਤ ਮੁੰਡੇ ਕੁੜੀਆਂ ਦੇ ਲੇਖੇ ਲੋਕੇ ਹੈਂ, ਤੇ ਮੈਨੂੰ ਉਹਨਾਂ ਬੁਲਾਇਆ ਫਿਰ, ਕਹਿੰਦੇ ਵੀ ਗਿਆਨ ਸਿੰਘ ਹੱਲ ਘਰ ਇਹਦਾ ਕੋਈ। ਅੱਛਾ ਜੀ, ਮੈਂ ਕਿਹਾ ਹੱਲ ਹੈਗਾ ਭਰਾਵਾ, ਹੱਲ ਹੈਗਾ ਭਰਾਵਾ, ਅਜੇ ਕੁਛ ਨੀ ਵਿਗੜਿਆ। ਇੱਕ ਮੁੰਡਾ ਸੀਗਾ, ਉਹ ਲੋੜਵੰਦ ਸੀਗਾ ਮੁੰਡਾ ਹੈ, ਗਰੀਬ ਘਰ ਦਾ ਸੀਗਾ, ਉਹਨਾਂ ਮੈਨੂੰ ਦੱਸਿਆ ਸੀਗਾ ਵੀ ਸਾਨੂੰ ਕੋਈ ਲੁਕੜੀ ਮਿਲ ਜਾਵੇ ਜਿਹੋ ਜਿਹੀ ਮਰਜ਼ੀ, ਅਸੀਂ ਕਰ ਲਵਾਂਗੇ। ਉਹਨਾਂ ਨੂੰ ਸਮਝਾ ਬਜਾ ਕੇ ਮੈਂ ਕੁੜੀ ਉਸੇ ਵੇਲੇ ਨਾ ਅਗਲੇ ਦਿਨ ਸਵੇਰੇ
ਉੱਥੇ ਜਲੰਧਰ ਵਿੱਚ ਉਹਦੀਆਂ ਲਾਵਾਂ ਨਵੇਂ ਸਿਰੇ ਕਰਕੇ ਉਹ ਪੰਜ ਚਾਰ ਬੰਦੇ ਆਏ ਹੈ ਕੁੜੀ ਵਾਲੇ ਪੰਜ ਸੱਤ ਹੈ ਲੋਹੀ ਚੁੰਨੀ ਚੜਾ ਕੁੜੀ ਲੈ ਆਉਂਦੀ ਹੈ ਤੇ ਉਹ ਕੁੜੀ ਦੁਆਰਾ ਲਾਵਾਂ ਦੇ ਕੇ ਅਸੀਂ ਉੱਥੇ ਤੋਰ ਦਿੱਤੀ ਉਹ ਜਿੱਦਾਂ ਸਮਾਨ ਸੀ ਦਾਜ ਦੂਜ ਦਾ ਸਾਰਾ ਸਿੱਧਾ ਚਲੇ ਗਿਆ ਉਹ ਵੀ ਖੁਸ਼ ਤੇ ਇਹਨਾਂ ਦਾ ਖੰਭ ਵੀ ਬਣ ਗਿਆ ਇਹ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਇੱਦਾਂ ਹੋਈ ਹੈ ਸਾਡੇ ਇਹ ਤਾਂ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਪਰ ਇੱਥੇ ਤੋਂ ਕਹਿੰਦੇ ਅੱਜ ਮੇਕਅਪ ਕਰਿਆ ਕਰਕੇ ਕੁੜੀ ਤਾਂ ਵਧੀਆ ਨਹੀਂ ਲੱਗ ਰਹੀ ਸੋਹਣੀ ਨਹੀਂ ਲੱਗ ਰਹੀ ਨਹੀਂ ਨਹੀਂ ਉਹ ਮੈਂ ਤੁਹਾਨੂੰ ਸਹੀ ਗੱਲ ਦੱਸੀ ਹੈ ਮੈਨੂੰ ਚੇਤਾ ਆ ਗਿਆ ਨਾ ਇਹ 82-83 ਦੀ ਗੱਲ ਹੈ ਤੇ ਉਹ ਅਸੀਂ ਸੋਲਵ ਕੀਤਾ ਸੀ ਕੁੜੀ ਹੁਸ਼ਿਆਰਪੁਰ ਵਿਆਹ ਕੇ ਲਿਆਂਦੀ ਸੀਗੀ ਜਲੰਧਰ ਵਿਆਹੀ ਸੀਗੀ ਤੇ ਉਹ ਵਾਕਿਆ ਹੋਇਆ ਜੇ ਕਿਸੇ ਨਾ ਸੱਚ ਹੈ ਤਾਂ ਮੇਰੇ ਨਾਲ ਗੱਲ ਵੀ ਕਰ ਸਕਦਾ ਮੈਂ ਦੱਸ ਵੀ ਸਕਦਾ ਕਿਹੜੇ ਪਰਿਵਾਰ ਸੀ ਉਹ ਕਿਹੜਾ ਪਰਿਵਾਰ ਸੀ ਉਹ ਏਦਾਂ ਮੈਂ ਨਹੀਂ ਦੱਸਦਾ ਠੀਕ ਨਹੀਂ ਇਹ ਮੈਂ ਆਪਣੇ ਹੱਥੀ ਨਿਬੇੜਿਆ ਸੀ ਗਣੇਸ਼ ਆਦਤ ਤੋਂ ਮਜਬੂਰ ਬੰਦਾ ਕੋਈ ਹੈਗਾ ਤੁਹਾਡੇ ਜਿਹੜਾ ਸਾਡੇ ਕੋਲ ਤਾਂ ਮੇਰੇ ਕੋਲ ਤਾਂ ਕਾਫੀ ਲਾਈਨ ਲੱਗੀ ਰਹਿੰਦੀ ਹੁੰਦੀ ਸੀਗੀ ਹਰ ਤਰ੍ਹਾਂ ਦੇ ਬੰਦੇ ਆਉਂਦੇ ਸੀਗੇ ਲੋੜਵੰਦ ਵੀ ਪੈਸੇ ਵਾਲੇ ਵੀ ਛੋਟੇ ਵੱਡੇ ਸਾਰੇ ਹੀ ਤੇ ਮਸਲੇ ਹੱਲ ਹੁੰਦੇ ਰਹੇ ਚਲੋ ਹੁਣ ਤੁਸੀਂ ਵਿਸ਼ੇ ਦੀ ਗੱਲ ਪੁੱਛ ਦੱਸਿਓ ਕੀ ਆ ਜੀ ਜੀ ਨਹੀਂ ਵਿਸ਼ੇ ਦੀ ਗੱਲ ਇਹ ਸੀ ਵੀ ਆਦਤ ਤੋਂ ਮਜਬੂਰ ਹੁੰਦੇ ਬੰਦੇ ਬਹੁਤ ਸਾਰੇ ਔਰ ਇਹੋ ਜਿਹੀਆਂ ਆਦਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਨਾ ਕੋਈ ਫਾਇਦਾ ਨਾ ਕੋਈ ਨੁਕਸਾਨ ਲੇਕਿਨ ਉਹ ਛੱਡਦੇ ਨਹੀਂ ਉਹ ਆਦਤਾਂ ਹਾਂ ਬਾਈ ਇਹ ਵੀ ਗੱਲ ਇਹ ਵੀ ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈਗੀ ਆ ਇਹ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਆ ਸੁਭਾਅ ਵੱਖਰੇ ਵੱਖਰੇ ਹਰ ਇਨਸਾਨ ਦੇ ਇੱਕੋ ਜਿਹਾ ਨਹੀਂ ਸਾਰੇ ਠੀਕ ਨਹੀਂ ਇੱਕੋ ਜਿਹੇ ਜਿਹੜੇ ਸਕੇ ਜੰਮੇ ਆ ਭੈਣ ਭਰਾ ਉਹਨਾਂ ਦੇ ਵੀ ਇੱਕੋ ਜਿਹੇ ਨਹੀਂ ਹੁੰਦੇ ਠੀਕ ਨਹੀਂ ਵੱਖਰੇ ਵੱਖਰੇ ਹੁੰਦੇ ਆ ਇਸ ਕਰਕੇ ਆਪਾਂ ਇਹਦੇ ਚ ਬਹੁਤਾ ਕੀ ਕਰ ਸਕਦੇ ਕੋਸ਼ਿਸ਼ ਕਰ ਸਕਦੇ ਆ ਪਰ ਸੁਭਾਅ ਬਦਲਦਾ ਨਹੀਂ ਠੀਕ ਨਹੀਂ ਆਤਾ ਜਾਂਦੀ ਨਹੀਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਵਾਰਿਸ ਸ਼ਾਹ ਕਹਿ ਗਏ ਬਹੁਤ ਬਾਰਿਸ ਸ਼ਾਹ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਸਹੀ ਆ ਜੀ ਪੂਰੀਆਂ ਆਦਤਾਂ ਨਹੀਂ ਜਾਂਦੀਆਂ ਇਨਸਾਨ ਦੀਆਂ ਮੇਰਾ ਵੀ ਪ੍ਰੈਕਟੀਕਲ ਵੀ ਤਜਰਬਾ ਹੈਗਾ ਜੀ ਮੈਂ ਦੇਖੇ ਆ ਬਹੁਤ ਲੋਕ ਉਹਨਾਂ ਨੂੰ ਸਭ ਕੁਛ ਕਰਕੇ ਦੇਖ ਲਿਆ ਨਹੀਂ ਉਹ ਨਹੀਂ ਮੁੜੇ ਆਦਤ ਤੋਂ ਮਜਬੂਰੀ ਆ ਬਿਲਕੁਲ ਉਹ ਕਹਾਵਤ ਸਹੀ ਆ ਬਾਰਿਸ ਸ਼ਾਹ ਦੀ ਵਾਹ ਜੀ ਵਾਹ ਚਲੋ ਬੜੀ ਮਿਹਰਬਾਨੀ ਜੀ ਤੁਹਾਡੀ ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ ਕਾਲਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰ ਚੁੱਕੇ ਹਾਂ ਜੀ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਾਂ ਇਸ ਤਰ੍ਹਾਂ ਦਾ ਗੱਲ ਚੱਲਦੀ ਹੈ ਕਿ ਆਦਤਾਂ ਜਿਹੜੀਆਂ ਬੰਦੇ ਨੂੰ ਪੈ ਜਾਂਦੀਆਂ ਉਹ ਫਿਰ ਜਾਂਦੀਆਂ ਨਹੀਂ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਪਰ ਬਹੁਤ ਸਾਰੇ ਬੰਦੇ ਇਹੋ ਜਿਹੇ ਹੈਗੇ ਅਸੀਂ ਜੇ ਮੁੱਕ ਦੀ ਗੱਲ ਨੇੜੇ ਦੀ ਕਰੀਏ ਜਿਹੜੀ ਕਿ ਆਮ ਸਭ ਜਗ੍ਹਾ ਸਭ ਘਰਾਂ ਦੇ ਵਿੱਚ ਪ੍ਰੋਬਲਮ ਹੈ ਸ਼ਰਾਬ ਦੀ ਆਦਤ ਜਿਹੜੀ ਹੈ ਉਹ ਵੀ ਕਹਿੰਦੇ ਵੀ ਜਾਂਦੀ ਨਹੀਂ ਹੈਗੀ ਪਰ ਉਹ ਜੇ ਬੰਦੇ ਦੀ ਵਿਲ ਪਾਵਰ ਹੋਵੇ ਉਹੀ ਇੱਛਾ ਸ਼ਕਤੀ ਹੋਵੇ ਆਦਤ ਚੰਗੀ ਤੋਂ ਚੰਗੀ ਜਿਹੜੀ ਆ ਸਕਦੀ ਹੈ ਅਤੇ ਮਾੜੀ ਤੋਂ ਮਾੜੀ ਉਹ ਜਾ ਸਕਦੀ ਆ ਆਦਤ ਬਾਰੇ ਤੁਹਾਡੇ ਕੀ ਵਿਚਾਰ ਨੇ ਕਰਾਂਗੇ ਗੱਲਾਂ ਬਾਤਾਂ ਬ੍ਰੇਕ ਤੋਂ ਬਾਅਦ ਦੇਖਦੇ ਰਹੋ ਜਸ ਪੰਜਾਬੀ ਹਾਜ਼ਰ ਜੀ ਗੱਲਬਾਤ ਚੱਲ ਰਹੀ ਹੈ ਆਦਤ ਦੀ ਆਦਤਾਂ ਐਸੀ ਚੀਜ਼ ਹੈਗੀਆਂ ਜਿਹੜੀਆਂ ਕਿ ਨਾਲ ਜਿਹੜੀਆਂ ਬਾਕੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਸਾਡਾ ਖੜਾ ਛੱਡ ਦਿੰਦੀਆਂ ਪਰ ਆਦਤ ਜਿਹੜੀ ਆ ਉਹ ਖੜਾ ਨਹੀਂ ਛੱਡਦੀ ਖਾਸ ਤੌਰ 'ਤੇ ਝੂਠ ਬੋਲਣ ਦੀ ਆਦਤ ਜਾਂ ਫਿਰ ਚੋਰੀ ਕਰਨ ਦੀ ਆਦਤ ਜੇ ਬੰਦੇ ਨੂੰ ਪੈ ਜਾਏ ਤਾਂ ਉਹ ਛੇਤੀ ਕਿਤੇ ਖੜਾ ਨਹੀਂ ਛੱਡਦੀ ਕੀ ਵਿਚਾਰ ਨੇ ਤੁਹਾਡੇ ਫਟਾਫਟ ਕਾਹਦਾ ਲੈਣੇ ਹੈਲੋ ਹੈਲੋ ਜੱਗੀ ਸਾਹਿਬ ਹਾਂਜੀ ਹਾਂਜੀ ਪੈਰੀ ਪਿੰਡਾਂ ਜੀ ਕੀ ਹਾਲ ਚਾਲ ਮਾਸੀ ਜੀ ਜਿਉਂਦਾ ਵਾਧਾ ਰਵੇ ਪੁੱਤ ਜਿਉਂਦਾ ਨੂੰ ਚੜ੍ਹਦੀਆਂ ਕਲਾਂ 'ਤੇ ਲੱਖਾਂ ਕਰੋੜਾਂ ਤੈਨੂੰ ਵਧਾਈਆਂ ਜਿਹੜੇ ਤੂੰ ਇਹੋ ਜਿਹੀ ਵਿਛੇ ਲਾਉਂਦਾ ਹੈ ਅੱਛਾ ਜੀ ਅਤੇ ਇੱਕ ਮੈਂ ਆਪਦੇ ਤੁਹਾਨੂੰ ਕੋਈ ਐਸੀ ਤੁਹਾਡੀ ਕੋਈ ਐਸੀ ਆਦਤ ਤੁਹਾਨੂੰ ਲੱਗਦਾ ਹੋਵੇ ਚੰਗੀ ਨਹੀਂ ਹੈਗੀ ਮੇਰੀ ਹਾਂਜੀ ਹਾਂਜੀ ਮੈਂ ਤੁਹਾਨੂੰ ਜਦੋਂ ਸਾਡਾ ਵਿਆਹ ਸੀ ਮੇਰੇ ਕੋਈ ਮੇਕਅਪ ਨਹੀਂ ਸੀ ਕੁਛ ਨਹੀਂ ਸੀਗਾ ਕੋਈ ਮੇਕਅਪ ਨਹੀਂ ਸੀਗਾ ਉਦੋਂ ਹੁੰਦਾ ਅਤੇ ਨਾ ਹੀ ਕੋਈ ਦੇਖਦਾ ਕੋਈ ਆਦਤ ਇਹੋ ਜਿਹੀ ਆਦਤ ਜਿਹੜੀ ਤੁਸੀਂ ਹਾਂਜੀ ਭੈੜੀ ਆਦਤ ਕਿਹੜੀ ਤੁਹਾਡੀ ਆਦਤਾਂ ਹੁੰਦੀਆਂ ਸੁਭਾਅ ਹੁੰਦਾ ਤੇ ਇਹ ਮੈਂ ਹੁਣ ਆਪਦੀ ਗੱਲ ਦੱਸਦੀ ਭਤੀਜੇ ਦੀ ਹੈ ਨਾ ਹੈਲੋ ਤੇ ਉਹ ਮੇਰਾ ਭਤੀਜਾ ਨਾ ਆਪ ਵੀ ਸੋਹਣਾ ਸੁਨੱਖਾ ਬਹੁਤ ਹੁਣ ਕਨੇਡਾ ਚ ਬੈਠਾ ਗੁਰਤੇਜ ਤੇ ਲਿਆਇਆ ਮੇਰੇ ਕੋਲ ਫੋਟੋ ਤੇ ਰਾਣੀ ਦੀ ਕੁੜੀ ਵੀ ਇੰਨੀ ਸੋਹਣੀ ਕੁੜੀ ਮੈਨੂੰ ਕਹਿੰਦਾ ਭੂਆ ਜੀ ਆਹ ਕੁੜੀ ਹੈ ਮੈਂ ਕਿਹਾ ਕਿੱਥੋਂ ਲੈਂਦੀ ਉਹ ਪਰੀ ਤੁਹਾਡੀ ਕਿਹੜੀ ਆਦਤ ਮੈਂ ਪੁੱਛੀ ਸੀ ਤੁਹਾਡੀ ਕਿਹੜੀ ਆਦਤ ਮੇਰੀ ਆਦਤ ਬਸ ਸਭ ਚੰਗੇ ਆਪਾਂ ਹੁਣ ਮਾਇਆ ਜੀ ਮੈਂ ਕਹਿ ਦੂ ਮੇਰੀ ਆਦਤ ਚੰਗੀ ਹੈ ਤੇ ਮੈਂ ਵੀ ਤੁਹਾਡੇ ਨਾਲ ਹੀ ਹਾਂ ਮਿਹਰਬਾਨੀ ਬਹੁਤ ਮਿਹਰਬਾਨੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਆਲੇ ਦੁਆਲੇ ਸਾਡੇ ਪਰਿਵਾਰਾਂ ਦੇ ਵਿੱਚ ਐਸੇ ਬੰਦੇ ਬਹੁਤ ਮਿਲ ਜਾਣਗੇ ਜਿਹੜੇ ਆਦਤ ਤੋਂ ਮਜਬੂਰ ਹੋ ਕੇ
ਉਹਨਾਂ ਨੇ ਆਪਦਾ ਕੰਮ ਕਰਨਾ ਹੀ ਕਰਨਾ, ਚਾਹੇ ਉਹ ਪੰਗਾ ਲੈਣ ਦਾ ਹੋਵੇ, ਚਾਹੇ ਉਹ ਚੁਗਲੀ ਕਰਨ ਦਾ ਹੋਵੇ। ਪਰ ਉਹਦਾ ਜੱਗੀ ਜੀ ਦੋ ਆਦਤ ਹੈ, ਇੱਕ ਚੰਗੀ ਆਦਤ ਆ ਵੀ ਪੰਗਾ ਕੋਈ ਘੱਟ ਹੀ ਲੈਂਦਾ। ਹਾਂ, ਚੰਗੀ ਆਦਤ ਵਾਲਾ ਘੱਟ ਲੈਂਦਾ ਪੰਗਾ, ਬਹੁਤ ਲੈਂਦੇ ਘੱਟ। ਮੰਦੀ ਮਾੜੀ ਆਦਤਾਂ ਦਾ ਹਰੇਕ ਨੂੰ ਪੰਗਾ ਲੈਣ ਦੀ ਆਦਤ ਆ, ਇਹਦੇ ਵਿੱਚ ਝੂਠ ਬੋਲਣ ਦੀ ਜਾਂ ਗੱਪ ਮਾਰਨ ਦੀ ਵੀ ਆਦਤ ਆਉਂਦੀ ਵਿੱਚ। ਜੀ 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 ਜੀ। ਤੇ ਇੱਕ ਮੈਨੂੰ ਇਹ ਦੱਸੋ ਕਿ ਜਿਹੜਾ ਹੈਗਾ ਆ ਜਨਾਨੀਆਂ 'ਚ ਜ਼ਿਆਦਾ ਹੈ ਇਹ ਆਦਤ ਜਾਂ ਆਦਮੀਆਂ 'ਚ ਜ਼ਿਆਦਾ? ਕਿਹੜੀ ਜੀ, ਝੂਠ ਬੋਲਣ ਦੀ? ਆ ਜਿਹੜੀ ਆਦਤ 'ਚ ਆਪਣੇ ਆਦਤ ਜਿਹੜੀ ਆ, ਬੰਦਿਆਂ ਦੀ ਬੋਲਣ ਦੀ ਆਦਤ ਜੇ ਤਾਂ ਰਹਿ ਨੀ ਹੁੰਦਾ, ਉਹ ਜਨਾਨੀਆਂ ਦੀ ਜ਼ਿਆਦਾ। ਜਨਾਨੀਆਂ ਦੀ ਹੋ ਸਕਦੀ ਹੈ, ਸ਼ੋਪਿੰਗ ਵਾਲੀ ਜਨਾਨੀ ਦੀ ਹੋ ਸਕਦੀ ਹੈ, ਬਹੁਤ ਸਾਰੀਆਂ ਲੇਡੀ ਜਿਹੜੀਆਂ ਸ਼ੋਪਿੰਗ। ਤੁਹਾਨੂੰ ਪਤਾ ਤੇ ਅੱਗੇ ਉਹ ਕਹਿੰਦੇ ਸੀ ਬੁੜੀ ਅੰਦਰ ਦਿੱਤੀ ਤੇ ਰਹਿ ਨੀ ਹੋਇਆ, ਤੇ ਸਿਰੇ ਤੱਕ ਲਾ ਲਓ। ਬਿਲਕੁਲ ਜੀ, ਇਹ ਗੱਲਾਂ ਬਣੀਆਂ। ਵੈਸੇ ਜੇ ਮਤਲਬ ਬੰਦਾ ਚਾਹੇ ਤਾਂ ਆਦਤ ਛੱਡ ਤਾਂ ਸਕਦਾ ਜੀ, ਮਾੜੀਆਂ ਆਦਤਾਂ ਸੀ ਕਿ ਨਹੀਂ? ਆਦਤਾਂ ਹੁਣ ਜਿਹੜੀ ਪੈ ਜਾਂਦੀ ਆ, ਹੁਣ ਜੇ ਸ਼ਰਾਬ ਪੀਂਦੇ ਆਦਤ ਇਹਨਾਂ ਨੂੰ ਹੈਗੀ ਆ, ਇਹਨਾਂ ਨੂੰ ਪਤਾ ਵੀ ਮੌਤ ਦੇ ਦੀ ਆ ਮੋਹਰੇ ਸਾਨੂੰ। ਕਈ ਛੱਡ ਵੀ ਜਾਂਦੇ ਫਿਰ ਜਦੋਂ ਆਪ? ਨਹੀਂ ਨਹੀਂ, ਇਹ ਜੱਗੀ ਜੀ ਕਈ ਏਦਾਂ ਦੇ ਆ ਵੀ ਡਾਕਟਰਾਂ ਨੇ ਬੰਦ ਕਰ ਦਿੰਦੇ ਆ, ਪਰ ਰਹਿ ਨੀ ਹੁੰਦਾ ਉਹਨਾਂ ਤੋਂ। ਦੋ ਤਿੰਨ ਕ ਇੱਥੇ ਸਾਡੇ ਮੌਤਾਂ ਏਦਾਂ ਹੀ ਹੋਈਆਂ, ਉਹਨਾਂ ਨੂੰ ਬੜਾ ਸੋਹਣਾ ਦੀਦਾ ਵੀ ਸਾਡੀ ਮੌਤ ਆਈ ਸ਼ਰਾਬ ਪੀਣੀ। ਏਦਾਂ ਆ ਤੇ ਜਿਹੜੀ ਆਦਤ ਪੈ ਜਾਂਦੀ ਆ ਮਾੜੀ ਆਦਤ, ਕੋਈ ਛੱਡਦਾ ਨਾ, 10% 100 ਚੋਂ ਮਸੀ ਛੱਡਦੇ। ਕੋਸ਼ਿਸ਼ ਕਰਨੀ ਚਾਹੀਦੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ। ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ, ਹਰ ਕੰਮ ਮੇਰੇ ਖਿਆਲ 'ਚ ਅੱਜ ਕੱਲ੍ਹ ਹੋ ਜਾਂਦਾ। ਅਤੇ ਅਗਲੀ ਕਾਲ ਕਿਹੜੀ ਸੀ? ਆਹ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਮਨਜੀਤ ਸਿੰਘ ਜੀ। ਹਾਂਜੀ, ਜਦੋਂ ਨਿਊਯਾਰਕ, ਪਹਿਲਾਂ ਤਾਂ ਨਿਊਯਾਰਕ ਰਹੇ, ਜਦੋਂ ਇੱਥੇ ਮੂਵੇ ਡੱਲ ਵਿਆਹ 'ਚ। ਅੱਛਾ ਜੀ। ਅਤੇ ਇੱਥੇ ਹੈ ਨਾ ਟਾਊਨ 'ਚ ਅਸੀਂ ਗੈਸ ਸਟੇਸ਼ਨ ਲਿਆ ਸੀਗਾ, ਉੱਥੇ ਜ਼ਿਆਦਾ ਕੂੜੇ ਰਹਿੰਦੇ ਹੀ ਜਾਣਗੇ 99%। ਅੱਛਾ। ਤੇ ਜੇ ਕੋਈ ਹੈ ਨਾ ਕਾਲਾ ਕੂੜਾ ਆਉਂਦਾ ਸੀਗਾ ਤੇ ਉਹਨੂੰ ਉੱਥੋਂ ਜਾ ਕੇ ਦੂਜੇ ਤੀਜੇ ਪੰਪ 'ਤੇ ਨਹੀਂ ਜਾ ਕੇ ਅੱਡੀ ਲਾਉਣੀ। ਅੱਛਾ। ਤੇ ਮੈਂ ਫਿਰ ਚੱਲ ਹੌਲੀ ਹੌਲੀ ਥੋੜ੍ਹਾ ਜਿਹਾ ਟਾਈਮ ਲੱਗਾ, ਫਰੈਂਡ ਬਣਾ ਲਿਆ। ਤੁਸੀਂ ਲਾਈਕ ਕਿਉਂ ਨੀ ਕਰਦੇ? ਕਹਿੰਦਾ ਦੇਖ ਲਈ ਅਸੀਂ ਥਰੈਸ਼ ਬਾਹਰ ਸੁੱਟਣਾ, ਉਹ ਜਿਹੜਾ ਥਰੈਸ਼ ਕਹਿੰਦਾ ਉਹ ਚ ਨਹੀਂ ਸੁੱਟਣਾ। ਅੱਛਾ, ਉਹ ਕਿਉਂ? ਕਹਿੰਦਾ ਇਹਨਾਂ ਦੀ ਆਦਤਾਂ ਬੜੀਆਂ ਆਦਤਾਂ, ਕਹਿੰਦਾ ਇਹਨਾਂ ਦੀ ਆਦਤਾਂ ਬਣੀਆਂ। ਇਹ ਵੀ ਆਦਤ, ਇਹ ਆਦਤ ਵੀ ਹੈਗੀ ਆਮ, ਅਕਸਰ ਬਿਲਕੁਲ ਕੋਲੇ ਪਿਆ ਹੁੰਦਾ ਗਾਰਬੇਜ ਬਾਕਸ ਜਾਂ ਡਸਟਬਿਨ ਕੋਈ, ਤਾਂ ਬੰਦੇ ਨੇ ਉਹ ਚ ਨਹੀਂ ਸੁੱਟਣੀ ਤੇ ਨੇੜੇ ਸੁੱਟਣਾ। ਘਰਾਂ ਦੇ ਵਿੱਚ ਆਦਤਾਂ ਹੈਗੀਆਂ, ਘਰਾਂ ਦੇ ਵਿੱਚ ਇਹ ਆਦਤਾਂ ਬਹੁਤ ਸਾਰੇ ਲੋਕਾਂ ਨੂੰ ਹੁੰਦੀਆਂ ਕਿ ਜਿਹੜੀ ਚੀਜ਼ ਜਿੱਥੇ ਪਈ ਆ ਉੱਥੇ ਪਈ ਹੈ, ਉਹਨੂੰ ਨਾ ਕੋਈ ਚੱਕਣਾ ਨਾ ਕੋਈ ਛੇੜਨਾ। ਜਿਹੜੇ ਮਤਲਬ ਬਿਸਤਰਾ ਜੇ ਹੈਗਾ ਸਵੇਰੇ ਇਕੱਠਾ ਨਹੀਂ ਕਰਨਾ, ਉੱਦਾਂ ਹੀ ਸ਼ਾਮ ਨੂੰ ਰੱਖਿਆ ਅਤੇ ਉੱਦਾਂ ਫੇ ਪੈ ਗਏ, ਬਹੁਤ ਸਾਰੇ ਲੋਕਾਂ ਨੂੰ ਆਦਤ ਬਣ ਜਾਂਦੀ ਹੈ। ਹਾਂਜੀ ਹਾਂਜੀ, ਹੁਣ ਸਾਡਾ ਸਿਟੀ ਦੇ ਲਾਗੇ ਸਟੇਸ਼ਨ ਆ, ਉੱਥੇ ਵੀ ਇਹੀ ਪ੍ਰੋਬਲਮ ਹੁੰਦੀ ਆ। ਜਿਹੜੇ ਜੈਂਟਲਮੈਨ ਆ ਸਾਰੇ ਉਹ ਬੜੇ ਹੋਣੇ ਸੁੱਟਣਗੇ, ਬਹੁਤ ਕਿਰਪਾ ਜੀ। ਹਾਂਜੀ, ਬਹੁਤ ਵਧੀਆ, ਤੁਸੀਂ ਸੁਣਾਓ? ਕਿਰਪਾ ਚਾਹੀਦੀ, ਕਿਰਪਾ ਛੱਟੀ ਪਾਤਸ਼ਾਹ। ਆਦਤਾਂ ਦੀ ਗੱਲ ਚੱਲਦੀ ਹੈ ਕਿ ਜੀ, ਉਹ ਆਦਤਾਂ ਮਤਲਬ ਭੈੜੀਆਂ ਆਦਤਾਂ ਦੀ ਗੱਲ ਆ। ਕਈਆਂ ਨੂੰ ਭੈੜੀ ਆਦਤ ਇਹ ਹੁੰਦੀ ਜੇ ਕਿਸੇ ਦਾ ਫੋਨ ਗਲਤੀ ਨਾਲ ਲੱਗ ਗਿਆ ਉਹਨੂੰ, ਤੇ ਉਹਨੇ ਕੱਟਣਾ, ਉਹਨੂੰ ਪਤਾ ਲੱਗ ਜਾਂਦਾ ਵੀ ਗਲਤੀ ਨਾਲ ਲੱਗਿਆ, ਉਹਨੇ ਕੱਟਣਾ ਨਹੀਂ, ਉਹਨੂੰ ਆਦਤ ਹੁੰਦੀ, ਉਹਨੇ ਸੁਣੀ ਜਾਣਾ ਵੀ ਮੇਰੇ ਬਾਰੇ ਗਲਤ ਤਾਂ ਨਹੀਂ ਕਹਿੰਦਾ ਕੁਛ। ਇਹ ਵੀ ਆਦਤ। ਦੇਖੋ, ਆਦਤਾਂ ਤਾਂ ਬਹੁਤ ਔਖੀਆਂ ਜੱਗੀ, ਸਭ ਤੋਂ ਔਖਾ ਕੰਮ ਇਹ ਬਦਲਣੀਆਂ। ਪਰ ਜੇ ਕਿਤੇ ਮਜਬੂਰੀ ਚ ਆ ਕੇ ਜਾਂ ਕੋਈ ਨਾ ਸਰਦਾ ਫਿਰ ਬਦਲ ਹੋ ਜਾਂਦੀਆਂ। ਉੱਦਾਂ ਜੇ ਆਪਣੇ ਆਪ ਕਹੀਏ ਤਾਂ ਬਹੁਤ ਔਖੀਆਂ ਆਦਤਾਂ ਬਦਲਣੀਆਂ। ਸਭ ਤੋਂ ਔਖਾ ਕੰਮ ਇਹ ਜ਼ਿੰਦਗੀ ਰਿਹਾ, ਸਭ ਤੋਂ ਔਖਾ ਕੰਮ ਇਹ ਆ ਬਈ ਆਦਤਾਂ ਨੂੰ ਬਦਲ ਲੈਣਾ। ਬਦਲ ਲੈਂਦੇ ਬੰਦੇ, ਇਹੋ ਜਿਹੀ ਗੱਲ ਨਹੀਂ, ਪਰ ਬਹੁਤ ਔਖਾ ਕੰਮ ਹੈ ਜੀ, ਬੜਾ ਜਿਹੜੇ ਦੀ ਲੋੜ ਹੈ, ਬੜਾ ਹੱਠ ਕਰਨਾ ਪੈਂਦਾ ਤਾਂ ਜਾ ਕੇ ਆਦਤਾਂ ਬਦਲਦੀਆਂ। ਜਿਹੜੀਆਂ ਭੈੜੀਆਂ ਆਦਤਾਂ ਦੀ ਅਸੀਂ ਗੱਲ ਕਰਦੇ, ਖਾਸ ਤੌਰ 'ਤੇ ਚੁਗਲੀ ਦੀ ਗੱਲ ਹੋ ਗਈ, ਕਿਸੇ ਦਾ ਨੁਕਸਾਨ ਕਰਨ ਦੀ ਗੱਲ ਹੋ ਗਈ, ਆਦਤ ਹੋ ਗਈ, ਜਾਂ ਪੰਗਾ ਲੈਣ ਦੀ ਆਦਤ ਹੋ ਗਈ, ਇਹ ਪੈਂਦੀਆਂ ਕਿੱਥੋਂ ਆਦਤਾਂ ਬੰਦੇ ਨੂੰ?
ਬਸ ਸ਼ੁਰੂ ਹੋ ਜਾਂਦੀ ਆ ਜਿੱਦਾਂ ਕੁਛ ਸੋਸਾਇਟੀ ਹੁੰਦੀ ਆ ਕੁਛ ਮਤਲਬ ਜਿੱਦਾਂ ਦੇ ਬੰਦੇ ਬਹਿਣ ਉੱਠਣ ਹੋ ਜਾਂਦਾ ਨਾਲ ਓਦਾਂ ਦੇ ਇੱਕ ਵਾਰੀ ਜਦੋਂ ਆਦਤ ਪੈ ਜਾਂਦੀ ਆ ਤੇ ਫਿਰ ਉਹ ਮੁੜ ਕੇ ਟੁੱਟਦੀ ਨੀ ਜੋ ਵੱਧਦੀ ਜਾਂਦੀ ਘਟਦੀ ਨੀ ਫਿਰ ਬਿਲਕੁਲ ਬਿਲਕੁਲ ਸਹੀ ਗੱਲ ਬਾਕੀ ਜਿਹੜੀ ਹੁਣ ਆਦਤ ਸਾਡੇ ਹਿੰਦੁਸਤਾਨ ਚ ਪਈ ਆ ਦੇਖੋ ਤੁਸੀਂ ਪਹਿਲਾਂ ਰੰਗਜੇਬ ਨੂੰ ਤੁਸੀਂ ਮੁਸਲਮਾਨੀ ਕਰਨੀ ਹੁਣ ਇਹਨਾਂ ਨੂੰ ਪੈ ਗਈ ਪਹਿਲੇ ਹਿੰਦੂਵਾਨੀ ਕਰਨੀ ਆ ਇਹਨਾਂ ਨੇ ਤਾਂ ਰੰਗਜੇਬ ਨੂੰ ਕਹਿੰਦਾ ਆਦਮੀ ਜੋ ਹੋ ਗਿਆ ਸ਼ੈਤਾਨ ਹੈ ਮੇਮਨੇ ਦੀ ਖੱਲ ਵਿੱਚੋਂ ਹੈਦਾਨ ਹੈ ਮਜ਼ਬ ਦੇ ਨਾਂ ਤੇ ਦਰਿੰਦਗੀ ਕਰ ਰਿਹਾ ਕਸਬ ਦੇ ਨਾਂ ਖਾ ਲਿਆ ਇਨਸਾਨ ਹੈ ਪਿਆਰ ਹੈ ਪ੍ਰਤ ਕਿਧਰੇ ਭੁੱਲ ਗਏ ਕਾਫਰਾਂ ਨੇ ਲੁੱਟ ਲਿਆ ਭਗਵਾਨ ਹੈ ਰਹਿਮਨਾਂ ਨੇ ਫੜ ਲਈ ਹੈ ਰਾਹ ਜਨੀ ਪਾ ਰਿਹਾ ਠੋਕਣਾ ਮਾਨ ਹੈ ਆਹ ਮੱਧ ਅੰਤ ਕੁਝ ਨਾ ਬਦਲਿਆ ਕੀ ਹੋਇਆ ਜੇ ਬਦਲਿਆ ਅਨੁਮਾਨ ਹੈ ਜਬਰ ਦਾ ਚੱਕਰ ਨਾ ਮੁੱਕਦਾ ਦਿਸ ਰਿਹਾ ਆਗੇ ਮੁੱਠੀ ਵਿੱਚ ਸਭ ਦੀ ਜਾਨ ਹੈ ਵੱਧ ਰਹੀ ਹੈ ਗੋਗੜ ਤਾਰੂ ਸੇਠ ਦੀ ਮਰ ਰਿਹਾ ਮਜ਼ਦੂਰ ਤੇ ਕਿਸਾਨ ਹੈ ਕੀ ਹੋਇਆ ਤਲਵਾਰ ਹੈ ਜੰਗ ਲਾ ਗਈ ਮਖਮਲਾਂ ਦੇ ਵਿੱਚ ਲਿਬਟੀ ਮਿਆਨ ਹੈ ਕਾਤਲਾਂ ਦੇ ਹੱਥ ਚ ਬਾਈਬਲ ਦੇਖ ਕੇ ਹੋ ਰਿਹਾ ਜਪਾਦਰੀ ਹੈਰਾਨ ਹੈ ਕਾਤਲਾਂ ਦੇ ਹੱਥ ਚ ਬਾਈਬਲ ਦੇਖ ਕੇ ਹੋ ਰਿਹਾ ਜਪਾਦਰੀ ਹੈਰਾਨ ਹੈ ਹੈਰਾਨ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਅਸਲੀਅਤ ਹੈਗੀ ਇਹਨਾਂ ਗੱਲਾਂ ਦੇ ਵਿੱਚ ਬਿਲਕੁਲ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਜੀ ਆਦਤ ਦੀ ਗੱਲ ਚੱਲਦੀ ਹੈ ਆਦਤ ਜਿਹੜੀ ਇੱਕ ਐਸੀ ਚੀਜ਼ ਹੈਗੀ ਹੈ ਜਿਹੜੀ ਵਾਕਿਆ ਨਹੀਂ ਜਾਂਦੀ ਬਹੁਤ ਸਾਰੇ ਲੋਕ ਮਾੜੀਆਂ ਆਦਤਾਂ ਨੂੰ ਤਿਆਗ ਦਿੰਦੇ ਨੇ ਪਰ ਬਹੁਤ ਸਾਰੇ ਲੋਕ ਨਹੀਂ ਵੀ ਤਿਆਗ ਹੁੰਦੇ ਵੈਸੇ ਦੂਜੀ ਗੱਲ ਜਿਹੜੀ ਸੁਰਿੰਦਰ ਸਿੰਘ ਉਹਨਾਂ ਨੇ ਕਹੀ ਹੈ ਕਿ ਆਦਤ ਸੁਸਾਇਟੀ ਤੋਂ ਆਦਤਾਂ ਬਣਦੀਆਂ ਨੇ ਨਿਆਣੇ ਦਾ ਜਿਹੋ ਜਿਹਾ ਸਕੂਲ ਦੇ ਵਿੱਚ ਹਿਸਾਬ ਕਿਤਾਬ ਹੁੰਦਾ ਜਿਹੋ ਜਿਹੇ ਆਲੇ ਦੁਆਲੇ ਜਵਾਕ ਹੁੰਦੇ ਤਾਂ ਉਹੋ ਜਿਹੀਆਂ ਹੀ ਉਹਦੀਆਂ ਆਦਤਾਂ ਬਣ ਜਾਂਦੀਆਂ ਮੈਂ ਆਪਣੀ ਗੱਲ ਜਿਹੜੀ ਦੱਸਦਾ ਮੈਂ ਦਸਵੀਂ ਤੋਂ ਬਾਅਦ ਚੰਡੀਗੜ੍ਹ ਜਦੋਂ ਆ ਗਿਆ ਤਾਂ ਮੇਰੇ ਵੱਡੇ ਭਰਾ ਮੇਰੇ ਨਾਲੋਂ ਮੇਰੇ ਤਾਏ ਦਾ ਮੁੰਡਾ ਅਤੇ ਮੇਰੇ ਨਾਲੋਂ ਏਜ ਦਾ ਕਾਫੀ ਫਰਕ ਜਿਹੜਾ ਹੈਗਾ ਘੱਟੋ ਘੱਟ ਬਾਹਲਾ ਨਹੀਂ ਤਾਂ 20 ਸਾਲ ਦਾ ਫਰਕ ਉਹਨਾਂ ਦਾ ਹੋਣਾ ਹੈ ਮੈਂ ਉਹਨਾਂ ਕੋਲ ਰਿਹਾ ਅਤੇ ਉਹਨਾਂ ਦੇ ਯਾਰ ਦੋਸਤ ਜਿੰਨੇ ਆਉਂਦੇ ਸੀ ਘਰ ਆਪ ਵੀ ਉਹ ਡਾਕਟਰ ਸੀਗੇ ਅਤੇ ਡਾਕਟਰਾਂ ਨੇ ਆਉਣਾ ਘਰ ਜਾਂ ਹੋਰ ਇੰਜੀਨੀਅਰ ਆ ਗਏ ਘਰ ਅਤੇ ਉਹ ਆ ਗਏ ਅਤੇ ਮੇਰੀ ਆਦਤ ਜਿਹੜੀ ਹੈ ਮੇਰੇ ਨਾਲ ਕੋਈ ਬੰਦਾ ਗੱਲ ਕਰਦਾ ਸੀ ਅਗਲਾ ਸੋਚਦਾ ਸੀ ਵੀ ਜਾਂ ਤਾਂ ਇਹ ਬੰਦਾ ਪੜ੍ਹਿਆ ਲਿਖਿਆ ਹਾਲਾਂਕਿ ਮੈਂ ਪੜ੍ਹਿਆ ਲਿਖਿਆ ਨਹੀਂ ਸੀ ਗੱਲਬਾਤ ਤੋਂ ਆਦਤ ਇਹੋ ਜਿਹੀ ਬਣ ਗਈ ਸੀ ਇੰਗਲਿਸ਼ ਦੀ ਅਖਬਾਰ ਘਰੇ ਪੜ੍ਹਨੀ ਚਾਹੇ ਆਉਂਦੀ ਨਹੀਂ ਆਉਂਦੀ ਹੌਲੀ ਹੌਲੀ ਪੜ੍ਹਦੇ ਇੰਗਲਿਸ਼ ਦੀ ਅਖਬਾਰ ਸ਼ੁਰੂ ਹੋ ਗਈ ਫਿਰ ਗੱਲ ਜਿਹੜੀ ਹੈ ਮੈਂ ਉਹਨਾਂ ਵਿੱਚ ਰਹਿਣ ਕਰਕੇ ਉਹਨਾਂ ਦੀ ਡਾਕਟਰ ਜਿਹੜੇ ਹੈਗੇ ਨੇ ਇੰਜੀਨੀਅਰ ਹੈਗੇ ਨੇ ਉਹਨਾਂ ਦੇ ਵਿੱਚ ਰਹਿਣ ਕਰਕੇ ਮੈਂ ਤਾਂ ਛੋਟਾ ਹੀ ਸੀ ਅਜੇ ਦਸਵੀਂ ਕੀਤੀ ਸੀ ਰਹਿਣ ਕਰਕੇ ਤਾਂ ਮੇਰੀ ਜਿਹੜੀ ਆਦਤ ਹੈ ਇਹ ਬਣ ਗਈ ਕਿ ਮੈਂ ਗੱਲਾਂ ਬੜੀਆਂ ਵਧੀਆ ਕਰਨ ਲੱਗ ਪਿਆ ਲੋਕੀ ਉੱਤੋਂ ਤਾਂ ਜੇ ਕੋਈ ਮੈਨੂੰ ਮਾੜਾ ਮੋਟਾ ਕਹਿੰਦਾ ਹੋਊ ਯਾਰ ਗੱਲ ਤੂੰ ਚੰਗੀ ਕਰਦਾ ਸਿਆਣੀ ਕਰਦਾ ਇਹ ਮੇਰੀ ਆਦਤ ਜਿਹੜੀ ਹੈ ਮੈਨੂੰ ਉਦੋਂ ਤੋਂ ਬਣੀ ਹੈ ਵੀ ਜੇ ਜੈਸੀ ਸੰਗਤ ਵੈਸੀ ਰੰਗਤ ਇਹਦਾ ਜ਼ਰੂਰ ਅਸਰ ਹੁੰਦਾ ਜਿਹੜੇ ਲੋਕਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਪਰ ਨਾਲ ਦੀ ਨਾਲ ਜਿਹੜੀ ਗੱਲ ਹੈਗੀ ਹੈ ਮਾੜੀਆਂ ਆਦਤਾਂ ਜਿਹੜੀਆਂ ਉਹ ਛੇਤੀ ਪੈਂਦੀਆਂ ਬੰਦੇ ਨੂੰ ਅਤੇ ਚੰਗੀ ਆਦਤ ਜਿਹੜੀ ਹੈ ਉਹ ਥੋੜ੍ਹੀ ਜਿਹੀ ਵਲਵਲੇਵੇ ਖਾ ਕੇ ਆਉਂਦੀ ਬੰਦੇ ਕੋਲ ਅਤੇ ਮਾੜੀ ਤਾਂ ਸਿੱਧੀ ਜਿਵੇਂ ਆ ਵਾਇਰਸ ਹੈ ਕਰੋਨਾ ਵੀ ਪਤਾ ਨਹੀਂ ਜਗ੍ਹਾ ਹੀ ਲੱਭਦਾ ਵੀ ਕਿੱਥੋਂ ਦੀ ਸਰੀਰ ਦੇ ਅੰਦਰ ਬਣਾ ਅਤੇ ਉੱਥੇ ਹੀ ਵੜ ਕੇ ਤਾਂ ਬਹਿ ਜਾਂਦਾ ਮਾੜੀਆਂ ਆਦਤਾਂ ਤਾਂ ਇਹ ਚੀਜ਼ਾਂ ਹੈਗੀਆਂ ਨੇ ਸੋ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਨੇ ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਆਦਤ ਦੀ ਗੱਲ ਕਰੀਏ ਤਾਂ ਆਦਤਾਂ ਵਾਕਿਆ ਹੀ ਕਈ ਜਿਹੜੀਆਂ ਹੈਗੀਆਂ ਸਾਨੂੰ ਪਈਆਂ ਹੋਈਆਂ ਉਹ ਨਹੀਂ ਜਾਂਦੀਆਂ ਸੋ ਮੈਂ ਆਪਣੀ ਗੱਲ ਕਰਾਂ ਕਿ ਮੈਨੂੰ ਵੀ ਸ਼ੁਰੂ ਤੋਂ ਆਦਤ ਮਤਲਬ ਹਾਲਾਂਕਿ ਮੈਨੂੰ ਤਾਂ ਆਦਤ ਇਹ ਵੀ ਮੈਂ ਰਿਸਪੈਕਟ ਜਿਹੜੀ ਉਹ ਕਰਦਾ ਕਈ ਵਾਰੀ ਮੈਨੂੰ ਜਦੋਂ ਹੁਣ ਪ੍ਰੋਗਰਾਮ ਵਗੈਰਾ ਕਰਦੇ ਹੁੰਦੇ ਸੀਗੇ ਤਾਂ ਬੜਾ ਵੱਡੇ ਵੱਡੇ ਕਲਾਕਾਰਾਂ ਨਾਲ ਕਰਨਾ ਪ੍ਰੋਗਰਾਮ ਕਰਨਾ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਸੈਲੀਬ੍ਰਿਟੀਆਂ ਸਾਨੂੰ ਕੋਈ ਓਡੀ ਦੂਰ ਆਵੇ ਮੈਨੂੰ ਇਹੋ ਜਿਹਾ ਕੋਈ ਨਹੀਂ ਮੈਨੂੰ ਆਦਤ ਸੀ ਜਿੱਦਾਂ ਮੈਂ ਕੁਰਸੀ 'ਤੇ ਬੈਠਾ ਕੋਈ ਹੋਰ ਆਇਆ ਤਾਂ ਮੈਂ ਕਹਿਣਾ ਯਾਰ ਤੁਸੀਂ ਬੈਠੋ ਉਹ ਕਹਿੰਦੇ ਉਹ ਹੈਰਾਨ ਹੋ ਜਾਂਦੇ ਸੀਗੇ ਚਲੋ ਇਹ ਆਦਤ ਮੈਂ ਸਮਝਦਾ ਚੰਗੀ ਆਦਤ ਆ ਇਹ ਛੱਡਣ ਦੀ ਲੋੜ ਨਹੀਂ ਹੈਗੀ ਪਿਆਰ ਕਰਦੇ ਨੇ ਲੋਕ ਸਾਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੌਣ ਬੋਲਦੇ ਹਾਂਜੀ ਭਾਅ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਨਾਨਕਾ ਮੇਲ ਆਉਣਾ ਹੁੰਦਾ ਸੀ ਖਾਸ ਤੌਰ ਤੇ ਹਾਂਜੀ ਕੀ ਕਰਦੇ ਮੇਰੀ ਵੀ ਆਦਤ ਬਦਲ ਗਈ ਸੀ ਜੀ ਤੁਹਾਡਾ ਪ੍ਰੋਗਰਾਮ ਦੇਖਣ ਲੱਗ ਪਿਆ ਜੀ ਮੈਂ ਅੱਛਾ ਆਦਤ ਪੈ ਗਈ ਹੈ ਅੱਜ ਤੋਂ 9 ਸਾਲ ਤੋਂ ਪਹਿਲਾਂ ਜੀ ਮੈਂ ਪਹਿਲਾਂ ਨਹੀਂ ਮੈਂ ਦੇਖਦਾ ਹੁੰਦਾ ਮੈਨੂੰ ਪਤਾ ਵੀ ਨਹੀਂ ਸੀ ਜੀ ਜਦੋਂ ਮੈਂ ਦੇਖਣ ਲੱਗਾ ਨਾ ਮੈਂ ਸਾਰੇ ਪ੍ਰੋਗਰਾਮ ਛੱਡ ਤੇ ਤੁਹਾਡਾ ਪ੍ਰੋਗਰਾਮ ਦੇਖਣ ਲੱਗ ਪਿਆ ਜੀ ਵਾਹ ਜੀ ਵਾਹ ਬੜੀ ਮਿਹਰਬਾਨੀ ਜੀ ਚਲੇ ਤਾਂ ਬੜੀ ਖੁਸ਼ੀ ਦੀ ਗੱਲ ਆ ਸਾਡੇ ਵਾਸਤੇ ਬੜੀ ਇਹ ਮੇਰੀ ਆਦਤ ਬਦਲੀ ਮੈਂ 5 ਵਜੇ ਤੋਂ ਲੈ ਕੇ 9 ਵਜੇ ਤੁਹਾਡਾ ਪ੍ਰੋਗਰਾਮ ਦੇਖਦਾ ਜੀ ਵਾਹ ਜੀ ਚਲੋ ਬਹੁਤ ਵਧੀਆ ਜੀ ਬਹੁਤ ਚੰਗੀ ਗੱਲ ਆ ਦਰਸ਼ਨ ਮੇਲੇ ਆਪਣੇ ਹੋਏ ਕਿਤੇ ਕਿ ਨਹੀਂ ਹੋਏ ਹਾਂਜੀ
ਜੀ ਕਈ ਵਾਰ ਹੋਏ ਮੇਰਾ ਮੇਰਾ ਪਿੰਡ ਭਾਰਾ ਆ ਚੌਕ ਭਾਰਾ ਵਾਲਾ ਜੀ ਤੇ ਅੱਛਾ ਅੱਛਾ ਨਹੀਂ ਇੱਥੇ ਕੈਲੀਫੋਰਨੀਆ ਸੈਕਰਾਮੈਂਟੋ ਹਾਂਜੀ ਤੁਹਾਨੂੰ ਮੈਂ ਜੁਬਾ ਹੀ ਮਿਲਿਆ ਸੀ ਤੁਸੀਂ ਥੋੜ੍ਹੀ ਗੱਲ ਹੋਈ ਸੀ ਮਾੜੀ ਬਹੁਤੀ ਨਹੀਂ ਹੋਈ ਸੀ ਚਲੋ ਸਾਡਾ ਸਟੂਡੀਓ ਇਹ ਤੁਹਾਡੇ ਆਪਣੇ ਇਸੇ ਏਰੀਆ ਕੋਡ 'ਚ ਹੈਗਾ 209 ਲੈਥਰੋਪ ਦੇ ਵਿੱਚ ਬਣ ਗਿਆ ਤਿਆਰ ਹੋ ਗਿਆ ਓਪਨਿੰਗ ਰੱਖੀ ਹੈ ਮੈਂ ਤੁਹਾਨੂੰ ਜੀ ਵਧਾਈਆਂ ਵੀ ਦੇਣੇ ਪੋਤੇ ਵੀ ਤੁਹਾਨੂੰ ਹੈ ਤੇ ਤਾਈ ਗੱਲ ਹੁੰਦੀ ਹੈ ਜੀ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਚਲੋ ਬੜੀ ਇਹ ਮੇਰੀ ਆਦਤ ਬਦਲੀ ਜੀ ਬਸ ਹੋਰ ਤਾਂ ਨਹੀਂ ਬਦਲੀ ਕੋਈ ਹੋਰ ਕੋਈ ਆਦਤ ਜਿਹੜੀ ਲੱਗਦੀ ਹੋਵੇ ਤੁਹਾਨੂੰ ਵੀ ਮੇਰੀ ਆਦਤ ਯਾਰ ਚੰਗੀ ਨਹੀਂ ਮੈਨੂੰ ਬਦਲਣੀ ਚਾਹੀਦੀ ਮੈਂ ਛੱਡੋ ਪਰੇ ਕੀ ਬਦਲਨੇ ਇਹੋ ਜਿਹੀ ਕੋਈ ਹੈ ਨਹੀਂ ਹਜੇ ਤਾਂ ਨਹੀਂ ਹੋਈ ਜੀ ਅੱਛਾ ਜਿਹੜਾ ਉਹ ਕੋਸ਼ਿਸ਼ ਕਰਨ ਤੇ ਵੈਸੇ ਬਦਲੀਆਂ ਜਾ ਸਕਦੀਆਂ ਭਾਜੀ ਆਦ ਤੱਕ ਨਹੀਂ ਬਦਲੀਆਂ ਜਾ ਸਕਦੀਆਂ ਮਾੜੀਆਂ ਆਦਤਾਂ ਚੰਗੀਆਂ ਨਹੀਂ ਬਦਲੀਆਂ ਹਾਂ ਜੀ ਬਦਲੀਆਂ ਜਾ ਸਕਦੀਆਂ ਜੀ ਮੈਂ ਆਪਣੀ 99 ਚ ਜੀ ਮੈਂ ਆਪਣੀ ਬਹੁਤ ਵੱਡੀ ਆਪਣੀ ਆਦਤ ਬਦਲੀ ਸੀ ਮੈਂ ਕਲੀਨ ਸ਼ੇਵ ਸੀ ਤੇ ਮੈਂ ਆਪਣੇ ਕੇਸ ਰੱਖ ਰਿਹਾ ਸੀ ਜੀ ਮੈਂ ਇੱਕ ਸੀਡੀ ਸੁਣ ਕੇ ਜੀ ਮੈਂ ਵਾਹ ਜੀ ਵਾਹ ਵਾਹ ਜੀ ਚਲੋ ਪਰਮਾਤਮਾ ਦੋਸਤ ਮੈਂ ਕਦੇ ਆਪਣੇ ਬਾਲ ਨਹੀਂ ਟਾਏ ਜੀ ਅੱਛਾ ਅੱਛਾ ਚਲੋ ਬੜੀ ਚੰਗੀ ਗੱਲ ਹੈ ਜੀ ਬਹੁਤ ਵਧੀਆ ਇਹ ਤਾਂ ਚਲੋ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਫਿਰ ਵੀ ਆਤ ਮੇਰੇ ਵੇਲੇ ਬਹੁਤ ਮੈਂ ਤੇ 89 ਦਾ ਆਇਆ ਮੈਂ ਉਸਰੇ 89 ਚ ਮੈਂ ਆਪਣੀ ਆਤ ਬਦਲੀ ਜੀ ਵਾਹ ਜੀ ਵਾਹ ਵਾਹ ਜੀ ਵਾਹ ਚਲੋ ਚੰਗੀ ਗੱਲ ਹੈ ਜੀ ਬਹੁਤ ਮਿਹਰਬਾਨੀ ਜੀ ਕਦੇ ਦਰਸ਼ਨ ਮੇਲੇ ਕਰਦੇ ਸਾਡਾ ਉੱਥੇ ਲੂਈਸ ਤੇ ਹੀ ਹੈਗਾ 462 ਐਗਜ਼ਿਟ I-5 ਤੇ ਹਾਂਜੀ ਹਾਂਜੀ ਮੈਂ ਜਾਣਾ ਉੱਥੇ ਹਾਂਜੀ ਬਹੁਤ ਹਾਂਜੀ ਚਲੋ ਦਰਸ਼ਨ ਮੇਲੇ ਕਰਾਂਗੇ ਜ਼ਰੂਰ ਤੁਹਾਡੇ ਓਕੇ ਤੁਹਾਨੂੰ ਮਿਲਾਂਗੇ ਜੀ ਥੈਂਕ ਯੂ ਭਾਈ ਹੋਰਾ ਜੀ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ ਔਰ ਆਦਤ ਦੀ ਗੱਲ ਜਿਹੜੀ ਚੱਲਦੀ ਹੈ ਵਾਕਈ ਕਈ ਬੰਦੇ ਦੇ ਹੱਥ ਨਿਚਲੇ ਨਹੀਂ ਰਹਿੰਦੇ ਆਦਤ ਇਹ ਹੁੰਦੀ ਹੈ ਵਿਹਲੇ ਨਹੀਂ ਬੈਠ ਸਕਦੇ ਇਹ ਆਦਤ ਮੈਨੂੰ ਸਮਝ ਆਉਂਦੀ ਵੀ ਚੰਗੀ ਹੈ ਕਿ ਮਾੜੀ ਹੈ ਸਾਡੇ ਵੀ ਇੱਕ ਰਿਸ਼ਤੇਦਾਰ ਉੱਥੇ ਹੈਗੇ ਸੀ ਉਹਨਾਂ ਨੂੰ ਆਦਤ ਸੀ ਵੀ ਤੜਕੇ ਜੇ ਹੁਣ ਪਿੰਡ ਦੇ ਵਿੱਚ ਗੱਲ ਕਰੀਏ ਤਾਂ ਤੜਕੇ ਜੇ ਜਦੋਂ ਭਾਈ ਬੋਲਦਾ ਤਾਂ ਕਈ ਵਾਰੀ ਘਰ ਨੇੜੇ ਉਹ ਜਾਗ ਖੁੱਲ ਜਾਂਦੀ ਹੈ ਤਾਂ ਉਹਨਾਂ ਨੂੰ ਆਦਤ ਇਹ ਸੀ ਵੀ ਤੜਕੇ ਉਹਨਾਂ ਨੇ 4:30-4 ਵਜੇ ਉੱਠ ਕੇ ਵਾਸ਼ਿੰਗ ਮਸ਼ੀਨ ਔਨ ਕਰ ਦੇਣੀ ਨਿਆਣੇ ਬੜੇ ਦੁਖੀ ਵੀ ਇਹ ਤਾਂ ਯਾਰ ਬਹੁਤ ਤੰਗ ਕਰਦੇ ਔਰ ਕਈ ਬੰਦਿਆਂ ਨੂੰ ਚੰਗੀ ਭਲੀ ਕੋਈ ਪ੍ਰੋਬਲਮ ਨਹੀਂ ਹੁੰਦੀ ਛੁੱਟੀ ਹੁੰਦੀ ਜਿੱਦਾਂ ਹੁਣ ਐਤਵਾਰ ਛੁੱਟੀ ਹੈਗੀ ਉੱਥੇ ਗੱਲ ਕਰੀਏ ਵਿਹਲੇ ਹੈਗੇ ਆ ਅਤੇ ਕੰਮ ਦੇਖਣੇ ਕੀ ਕਰਾਂ ਆਹ ਕਰ ਲਿਆ ਚਲੋ ਉਹ ਵੀ ਕਰ ਲਿਆ ਆਹ ਵੀ ਕਰ ਲਿਆ ਬਾਹਰ ਵੀ ਕਰ ਲਿਆ ਅਤੇ ਉਹਨੂੰ ਆਹ ਵੀ ਕਰ ਲਿਆ ਤਾਂ ਹੁਣ ਕੀ ਕਰੀਏ ਕੁਛ ਜੋ ਸੁਝਦਾ ਨਹੀਂ ਆਦਤ ਹੁੰਦੀ ਹੈ ਵੀ ਵਿਹਲੇ ਨਹੀਂ ਰਹਿ ਸਕਦੇ ਆਦਤ ਵਿਹਲੇ ਨਾ ਰਹਿਣ ਦੀ ਇੰਨੀ ਹੁੰਦੀ ਹੈ ਕੁਛ ਨਹੀਂ ਜਦੋਂ ਸੁਝਦਾ ਚੰਗੀ ਭਲੀ ਚੱਲਦੀ ਪ੍ਰੈਸ ਖੋਲ੍ਹ ਕੇ ਬਹਿ ਜਾਣਗੇ ਵੀ ਇਹਨੂੰ ਦੇਖੇ ਯਾਰ ਤੱਤਾ ਘੱਟ ਕਰਦੀ ਹੈ ਕੱਪੜੇ ਪ੍ਰੈਸ ਘੱਟ ਕਰਦੀ ਹੈ ਤਾਂ ਉਹ ਮੁੜ ਕੇ ਜਮ੍ਹਾਂ ਹੀ ਕਰਨ ਨੂੰ ਹਟ ਜਾਂਦੀ ਪ੍ਰੈਸ ਕੱਪੜੇ ਇਹ ਆਦਤ ਹੁੰਦੀ ਹੈ ਬਹੁਤ ਸਾਰੇ ਲੋਕ ਹੋਰ ਕੁਛ ਨਹੀਂ ਤਾਂ ਮੋਟਰਸਾਈਕਲ ਖੋਲ੍ਹ ਕੇ ਬਹਿਣਗੇ ਮੋਟਰਸਾਈਕਲ ਦੀ ਚੇਨ ਖੋਲ੍ਹ ਕੇ ਬਹਿ ਜਾਣਗੇ ਆਦਤ ਹੁੰਦੀ ਵਿਹਲੇ ਨਹੀਂ ਰਹਿ ਸਕਦੇ ਸੋ ਵਿਹਲੇ ਨਾ ਰਹਿਣ ਦੀ ਆਦਤ ਮੇਰੇ ਖਿਆਲ ਇੰਨੀ ਮਾੜੀ ਨਹੀਂ ਹੈਗੀ ਵਿਹਲੇ ਰਹਿਣ ਦੀ ਆਦਤ ਜਿਹੜੀ ਹੈ ਪੈ ਜਾਂਦੀ ਹੈ ਬੰਦੇ ਨੂੰ ਅਕਸਰ ਪੈ ਜਾਂਦੀ ਹੈ ਜਦੋਂ 2-4 ਦਿਨ ਵਿਹਲੇ ਰਹਿੰਦੇ ਹਾਂ ਜਾਂ TV ਦੇਖਦੇ ਹਾਂ ਪੈ ਲਿਆ ਉੱਠ ਕੇ TV ਦੇਖ ਲਿਆ ਬਹਿ ਲਿਆ ਉਦੋਂ ਬਾਅਦ ਉਹੀ ਆਦਤ ਪੈ ਜਾਂਦੀ ਹੈ ਅਤੇ ਜਦੋਂ ਫਿਰ ਬੰਦੇ ਨੂੰ ਕੰਮ ਕਰਨਾ ਪੈਂਦਾ ਕੰਮ 'ਤੇ ਜਾਣਾ ਪੈਂਦਾ ਉਦੋਂ ਪਹਿਲਾਂ ਫਿਰ 10 ਦਿਨ 2 ਹਫ਼ਤੇ ਤਾਂ ਬੜਾ ਔਖਾ ਲੱਗਦਾ ਵੀ ਕਿਹੜੇ ਪੰਗਿਆਂ ਦੇ ਵਿੱਚ ਪੈ ਗਏ ਬਾਅਦ ਦੇ ਵਿੱਚ ਹੌਲੀ ਹੌਲੀ ਫਿਰ ਜਦੋਂ ਕੰਮ ਦੀ ਆਦਤ ਪੈਂਦੀ ਗੱਲ ਕਰੀਏ ਅਸੀਂ ਐਕਸਰਸਾਈਜ਼ ਦੀ ਗੱਲ ਕਰੀਏ ਜਾਂ ਸੈਰ ਦੀ ਗੱਲ ਕਰੀਏ ਸ਼ੁਰੂ 'ਚ 2-4 ਦਿਨ ਬਹੁਤ ਔਖੀ ਲੱਗਦੀ ਐਕਸਰਸਾਈਜ਼ ਮੁੜ ਕੇ ਜਦੋਂ ਆਦਤ ਪੈ ਜਾਂਦੀ ਹੈ ਚੰਗੀ ਆਦਤ ਹੈ ਉਦੋਂ ਇਉਂ ਹੋ ਜਾਂਦਾ ਹੈ ਕਿ ਅੱਜ ਯਾਰ ਜੇ ਨਹੀਂ ਗਏ ਤਾਂ ਖਾਲੀ ਖਾਲੀ ਜਿਹਾ ਲੱਗਦਾ ਹੈ ਵੀ ਅੱਜ ਐਕਸਰਸਾਈਜ਼ ਨਹੀਂ ਕੀਤੀ ਤਾਂ ਖਾਲੀ ਖਾਲੀ ਲੱਗਦਾ ਅੱਜ ਸੈਰ 'ਤੇ ਨਹੀਂ ਗਏ ਤਾਂ ਐਂ ਲੱਗਦਾ ਵੀ ਗੋਡੇ 'ਚ ਖੜ ਗਏ ਸੋ ਇਹ ਆਦਤਾਂ ਜਿਹੜੀਆਂ ਚੰਗੀਆਂ ਉਹ ਪਾਲਣੀਆਂ ਚਾਹੀਦੀਆਂ ਜਿਹੜੀਆਂ ਮਾੜੀਆਂ ਆਦਤਾਂ ਉਹ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ ਫਟਾਫਟ ਇੱਕ ਅੱਧੀ ਕਾਲ ਵੀ ਲੈਣ ਦੀ ਕੋਸ਼ਿਸ਼ ਕਰਦੇ ਨਾਲ ਨਾਲ ਮੇਰੇ ਇੱਕ ਗੱਲ ਹੋਰ ਯਾਦ ਆ ਗਈ ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਜੀ ਬਹੁਤ ਬਹੁਤ ਕੀ ਕਹਿਣਾ ਚਾਹੁੰਦੇ ਜੀ ਜੱਗੀ ਬੇਟੇ ਮੈਂ ਨਾ ਇੱਕ ਪ੍ਰੋਗਰਾਮ ਤਾਂ ਤੇਰੇ ਬਹੁਤ ਵਧੀਆ ਹੁੰਦੇ ਆ ਸਾਰੇ ਦੇਖਦੇ ਆ ਪਰ ਅੱਜ ਮੈਂ ਫੋਨ ਪਹਿਲੀ ਵਾਰ ਲਾਇਆ ਮੈਨੂੰ ਨਾ ਇੱਕ ਤੇਰੇ ਤੱਕ ਲੋੜ ਆ ਕਿ ਡਾਕਟਰ ਜਤਿੰਦਰ ਪੰਨੂ ਦਾ ਫੋਨ ਨਹੀਂ ਲੱਭ ਰਿਹਾ ਅੱਗੇ ਉਹ ਪੰਜਾਬ TV ਤੇ ਆਉਂਦਾ ਹੁੰਦਾ ਹੁਣ ਪਤਾ ਨਹੀਂ ਕਿਹੜੇ TV ਤੇ ਬੇਟੇ ਮੇਰੀ ਰੁਕਣ ਤੇ ਮੈਨੂੰ ਨੰਬਰ ਇੰਡੀਆ ਤੋਂ ਕਰਦੇ ਨੇ ਹਾਂ ਬੇਟੀ
ਚਲੋ ਮੈਂ ਕੋਸ਼ਿਸ਼ ਕਰ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਨਸੀਬ ਕੌਰ ਹੈ। ਜਾਂ ਮੈਨੂੰ ਆਪਣਾ ਫੋਨ ਦੇ ਦੇ, ਜਾਂ ਤੂੰ ਵਿਹਲਾ ਹੋਵੇ ਮੈਂ ਤੈਨੂੰ ਫਿਰ ਫੋਨ ਕਰ ਲੂੰਗੀ। ਠੀਕ ਹੈ ਜੀ, ਠੀਕ ਹੈ। ਮੈਂ ਮੇਰਾ ਨੰਬਰ ਵੈਸੇ ਮੈਂ ਸਕਰੀਨ 'ਤੇ ਬੋਲਦਾ ਹੁਣ, ਹੁਣ ਥੋੜ੍ਹੀ ਦੇਰ ਬਾਅਦ ਬੋਲੂੰਗਾ ਜੀ ਮੈਂ ਜ਼ਰੂਰ। ਅੱਛਾ, ਓਕੇ ਬੇਟੇ, ਥੈਂਕ ਯੂ, ਮਿਹਰਬਾਨੀ, ਬਹੁਤ ਮਿਹਰਬਾਨੀ। ਹਾਂਜੀ, ਗੱਲ ਮੇਰੇ ਚੇਤੇ ਆ ਗਈ ਸੀ। ਹਰਿਆਣੇ ਦੇ ਵਿੱਚ ਅਸੀਂ ਇੱਕ ਵਿਆਹ ਗਏ, ਕੁੜੀ ਦਾ ਵਿਆਹ ਸੀਗਾ, ਕੁੜੀ ਦੇ ਵਿਆਹ 'ਤੇ ਗਏ ਹਰਿਆਣੇ 'ਤੇ। ਉਹ ਲੱਭੀ ਜਾਣ ਮਿਲਣੀ ਮੁਲਣੀ ਵੇਲੇ ਵੀ ਕੁੜੀ ਦਾ ਭਰਾ ਕਿੱਥੇ ਹੈ, ਕੁੜੀ ਦਾ ਭਰਾ ਕਿੱਥੇ ਹੈ, ਉਹ ਉਡੀਕੀ ਉਡੀਕੀ ਗਏ। ਉਹ ਫੋਨ ਕੀਤਾ ਤਾਂ ਆ ਗਿਆ, ਜਦੋਂ ਕੁੜੀ ਦਾ ਭਰਾ ਤਾਂ ਟਰੈਕ ਸੂਟ ਉਹਨੇ ਪਾਇਆ ਹੋਇਆ, ਉਹ ਕਹਿੰਦਾ ਜੀ ਮੇਰਾ ਤਾਂ ਆਹ ਟਾਈਮ ਜਿਹੜਾ ਹੈਗਾ ਭੱਜਣ ਦਾ ਹੁੰਦਾ, ਮੈਂ ਤਾਂ 5 ਮੀਲ ਭੱਜ ਕੇ ਇਹ ਅਤੇ ਟਰੈਕ ਸੂਟ। ਉਹ ਕਹਿੰਦਾ ਜੀ ਵਿਆਹ ਬਾਅਦ ਦੇ ਵਿੱਚ ਵਿਆਹ ਤਾਂ ਹੁੰਦੇ ਰਹਿਣੇ, ਮੈਂ ਆਪਣੀ ਐਕਸਰਸਾਈਜ਼ ਦੀ ਜਿਹੜੀ ਆਦਤ ਹੈ ਉਹਨੂੰ ਮੈਂ ਨਹੀਂ ਛੱਡ ਸਕਦਾ। ਸੋ ਇਹ ਗੱਲ ਚੰਗੀ ਹੈ ਕਿ ਜਿਹੜੀਆਂ ਚੰਗੀਆਂ ਆਦਤਾਂ ਅਸੀਂ ਨਹੀਂ ਛੱਡ ਸਕਦੇ, ਉਹ ਨਹੀਂ ਛੱਡਣੀਆਂ ਚਾਹੀਦੀਆਂ। ਬਹੁਤ ਸਾਰੇ ਦਰਸ਼ਕ ਫੋਨ ਨੰਬਰ ਦੀ ਗੱਲ ਕਰਦੇ ਨੇ, ਮੈਂ ਅਕਸਰ ਦੱਸ ਕੇ ਜਾਂਦਾ ਹੁਣ ਅਖੀਰ ਦੇ ਵਿੱਚ, ਨੋਟ ਕਰ ਲਓ, ਫੋਨ ਨੰਬਰ ਫੀਡ ਕਰ ਲਓ, ਬੜਾ ਸੌਖਾ ਨੰਬਰ ਹੈਗਾ। ਅਤੇ ਈਮੇਲ ਵੀ ਕਰ ਸਕਦੇ, ਪਹਿਲਾਂ ਤਾਂ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ ਹੈ, ਟਵਿੱਟਰ ਹੈ, ਯੂਟਿਊਬ ਚੈਨਲ ਹੈਗਾ ਸਾਡਾ ਜਸ ਪੰਜਾਬੀ ਦੇ। ਫੇਸਬੁੱਕ 'ਤੇ ਤੁਸੀਂ ਜਾ ਕੇ ਉਹਨੂੰ ਕਲਿੱਕ ਕਰੋਗੇ, ਲਾਈਕ ਕਰੋਗੇ ਜਸ ਪੰਜਾਬੀ ਦਾ ਪੇਜ, ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਾਣਕਾਰੀ ਜਿਹੜੀ ਉੱਥੋਂ ਮਿਲ ਜਾਣੀ ਹੈ। ਅਤੇ ਸੈੱਲ ਨੰਬਰ ਦੀ ਗੱਲ ਕਰਦੇ ਹਾਂ, ਅਤੇ ਮਾਤਾ ਜੀ ਤੁਸੀਂ ਵੀ ਜੇ ਸੁਣ ਰਹੇ ਹੋ ਨੋਟ ਕਰ ਲਓ, ਨਹੀਂ ਤਾਂ ਮੈਂ ਤੁਹਾਡਾ ਨੰਬਰ, ਮੈਂ ਕੋਈ ਹੈਗਾ ਤੁਹਾਨੂੰ ਕੋਸ਼ਿਸ਼ ਕਰੂੰਗਾ ਕਾਲ ਕਰਨ ਦੀ। ਸੈੱਲ ਨੰਬਰ ਜਿਹੜਾ 209-450-3362 ਇਸ ਨੰਬਰ 'ਤੇ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਚੈਨਲ ਬਾਰੇ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਜਾਂ ਤੁਸੀਂ ਆਪਣੀ ਜਾਣਕਾਰੀ ਕੋਈ ਚੈਨਲ 'ਤੇ ਦੇਣੀ ਚਾਹੁੰਦੇ ਹੋ, ਕੋਈ ਖਬਰ ਦੇਣੀ ਚਾਹੁੰਦੇ ਹੋ, ਕੋਈ ਐਡ ਦੇਣੀ ਚਾਹੁੰਦੇ ਹੋ, ਜਾਂ ਕੋਈ ਗੀਤ ਸੰਗੀਤ ਕੋਈ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਜਸ ਪੰਜਾਬੀ 'ਤੇ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਂਡੇ ਸਰਬੰਦਾ ਬਲਾ।